ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿੱਚ ਆਰਥਿਕ ਕਰਾਰ, ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ। ਅਤੇ ਅੱਜ ਉਸ ਮੁੱਦੇ ਦੀ ਚਰਚਾ ਹੋਵੇਗੀ, ਉਸ ਮੁੱਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਰਿਹਾ, ਜਿਸ 'ਤੇ ਮੈਨਾ ਮਾਨੂੰ ਵਾਲੀ ਗੱਲ ਚੱਲਦੀ ਰਹੀ ਅਤੇ ਅੱਜ ਮੰਨਣਾ ਪੈ ਗਿਆ ਕਿ ਠੀਕ ਹੈ ਜੀ, ਜੋ ਇਲਜ਼ਾਮ ਲੱਗ ਰਹੇ ਨੇ ਉਹ ਸੱਚੇ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਲਾਰੈਂਸ ਬਿਸ਼ਨੋਈ ਦੀਆਂ ਇੱਕ ਤੋਂ ਬਾਅਦ ਇੱਕ ਹੋਈਆਂ ਦੋ ਇੰਟਰਵਿਊਜ਼ ਦੀ, ਜਿਸ 'ਤੇ ਸਿੱਧਾ ਸਿੱਧਾ ਐਲੀਗੇਸ਼ਨ ਲਗਾਤਾਰ ਪੰਜਾਬ ਦੀ ਸਰਕਾਰ ਅਤੇ ਪੰਜਾਬ ਪੁਲਿਸ 'ਤੇ ਲੱਗਦਾ ਰਿਹਾ ਕਿ ਪੰਜਾਬ ਦੇ ਵਿੱਚ ਹੀ ਇਹ ਇੰਟਰਵਿਊਜ਼ ਹੋਈਆਂ, ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਇੰਟਰਵਿਊ ਹੋਈਆਂ, ਜਿਸ ਨੂੰ ਪਹਿਲਾਂ DGP ਸਾਹਿਬ ਅਤੇ ਬਾਅਦ ਵਿੱਚ ਮੁੱਖ ਮੰਤਰੀ ਸਾਹਿਬ ਨੇ ਨਕਾਰਿਆ ਕਿ ਇਹ ਇੰਟਰਵਿਊ ਨਾ ਪਹਿਲੀ ਨਾ ਦੂਜੀ, ਇਹ ਦੋਵੇਂ ਇੰਟਰਵਿਊ ਜਿਹੜੀਆਂ ਇਹ ਪੰਜਾਬ ਦੇ ਵਿੱਚ ਨਹੀਂ ਹੋਈਆਂ। ਜਿਸ ਤੋਂ ਬਾਅਦ ਇੱਕ ਪਟੀਸ਼ਨ ਪਾਈ ਜਾਂਦੀ ਆ ਹਾਈਕੋਰਟ ਦੇ ਵਿੱਚ ਵੀ ਘੱਟੋ ਘੱਟ ਪਤਾ ਤਾਂ ਲੱਗੇ ਕਿ ਇਹ ਇੰਟਰਵਿਊ ਹੋਈਆਂ ਕਿੱਥੇ ਨੇ। ਪਟੀਸ਼ਨ ਪਾਉਣ ਤੋਂ ਬਾਅਦ ਇੱਕ SIT ਬਣਾ ਦਿੱਤੀ ਜਾਂਦੀ ਹੈ। SIT ਹੈ ਜਿਹੜੀ ਜਦੋਂ ਪੂਰੀ ਘੋਖ ਕਰਦੀ ਹੈ, ਜਾਂਚ ਕਰਦੀ ਹੈ। ਹਾਲਾਂਕਿ ਜਦੋਂ ਪਿਛਲੀ ਹੀਅਰਿੰਗ ਸੀ, ਉਹਨਾਂ ਨੇ ਇੱਕ ਇਸ਼ਾਰਾ ਜ਼ਰੂਰ ਦੇ ਦਿੱਤਾ ਸੀਗਾ ਕਿ ਜਿਹੜੀ ਇੰਟਰਵਿਊ ਹੈ ਇਹ ਪੰਜਾਬ ਦੀ ਹੱਦ ਦੇ ਅੰਦਰ ਹੋਈ ਹੈ, ਪਰ ਕਿੱਥੇ ਹੋਈ ਹੈ, ਕਿਵੇਂ ਹੋਈ ਹੈ, ਜੇਲ੍ਹ 'ਚ ਹੋਈ ਹੈ, ਥਾਣੇ 'ਚ ਹੋਈ ਹੈ, ਇਸ ਬਾਰੇ ਕੋਈ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ ਸੀ, ਜੋ ਜਾਣਕਾਰੀ ਅੱਜ ਸਾਹਮਣੇ ਆ ਚੁੱਕੀ ਹੈ। ਜੀ ਹਾਂ, ਇਹ ਜਾਣਕਾਰੀ ਸਾਹਮਣੇ ਆ ਚੁੱਕੀ ਹੈ। CIA ਖਰੜ ਕੰਪਲੈਕਸ ਦੇ ਵਿੱਚ ਇਹ ਇੰਟਰਵਿਊ ਹੋਈ ਹੈ, ਜੇਲ੍ਹ ਦੇ ਵਿੱਚ ਇੰਟਰਵਿਊ ਮਾਮਲੇ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਕਿ 3 ਸਤੰਬਰ 2022 ਨੂੰ CIA ਖਰੜ ਕੰਪਲੈਕਸ ਦੇ ਵਿੱਚ ਇਹ ਪਹਿਲੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ। ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਈ, ਇਹ SIT ਨੇ ਅੱਜ ਖੁਲਾਸੇ ਕੀਤੇ ਨੇ। ਸਿਗਨਲ ਐਪ ਦੇ ਰਾਹੀਂ ਇਹ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੀਤੀ ਗਈ, ਔਰ ਇਸ ਤੋਂ ਇਲਾਵਾ ਹਾਈਕੋਰਟ ਵੱਲੋਂ ਪ੍ਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਬਣਾਈ ਗਈ SIT ਨੇ ਇਹ ਜਾਂਚ ਰਿਪੋਰਟ ਦੇ ਵਿੱਚ ਲਿਖਿਆ ਕਿ ਇਹ ਬਿਨਾਂ ਮਿਲੀ ਭੁਗਤ ਤੋਂ ਹੋ ਹੀ ਨਹੀਂ ਸਕਦਾ। ਹਾਈਕੋਰਟ ਨੇ ਰਾਜਸਥਾਨ ਨੂੰ ਵੀ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਰੱਖਣ ਦੇ ਲਈ ਕਿਹਾ, ਅਗਲੀ ਹੀਅਰਿੰਗ ਦੇ ਵਿੱਚ ਆਪਣਾ ਪੱਖ ਰੱਖਣਗੇ। 5 ਸਤੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਹਾਈਕੋਰਟ ਨੇ DGP ਸਾਹਿਬ ਨੂੰ ਇਹ ਕਿਹਾ ਅਤੇ ਨਾਲ ਹੀ ਨਾਲ ਮੁੱਖ ਸਕੱਤਰ ਨੂੰ ਕਿਹਾ ਕਿ ਇਸ ਮਾਮਲੇ ਦੀ ਘੋਖ ਕੀਤੀ ਜਾਵੇ ਕਿ ਕਿਹੜੇ ਉਹ ਪੁਲਿਸ ਮੁਲਾਜ਼ਮ ਨੇ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਲ ਨੇ, ਕਿਉਂਕਿ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਇੰਟਰਵਿਊ ਪੋਸੀਬਲ ਹੈ ਹੀ ਨਹੀਂ ਹੈ। ਇਹ ਇੰਟਰਵਿਊ ਕਰਾਈ ਹੀ ਨਹੀਂ ਜਾ ਸਕਦੀ, ਔਰ ਜਿਸ ਤਰੀਕੇ ਨਾਲ ਇਹ ਇੰਟਰਵਿਊ ਕਰਾਈ ਗਈ ਹੈ, ਜਿੱਥੋਂ ਇਹ ਸਾਫ਼ ਅਤੇ ਸਪਸ਼ਟ ਦਿਖਦਾ ਸੀਗਾ ਕਿ ਇਹ ਪੁਲਿਸ ਨਾਲ ਮਿਲੀ ਹੋਈ ਹੈ। ਸੋ ਇੱਕ ਵੱਡਾ ਖੁਲਾਸਾ ਇਹ ਕੀਤਾ ਗਿਆ ਕਿ ਖਰੜ ਦੇ CIA ਕੰਪਲੈਕਸ ਦੇ ਵਿੱਚ ਜਦੋਂ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆਉਂਦਾ ਗਿਆ ਸੀਗਾ, ਇੱਥੇ ਹੀ ਸਾਰੀ ਇੰਟਰਵਿਊ ਪਲਾਨ ਕੀਤੀ ਗਈ ਅਤੇ ਇੰਟਰਵਿਊ ਹੋਈ ਹੈ। ਜਿਸ ਪੱਤਰਕਾਰ ਨੇ ਇੰਟਰਵਿਊ ਕੀਤੀ ਉਹ ਚੰਡੀਗੜ੍ਹ ਦੇ ਵਿੱਚ ਬੈਠਾ ਸੀ ਅਤੇ ਲਾਰੈਂਸ ਬਿਸ਼ਨੋਈ ਖਰੜ CIA ਕੰਪਲੈਕਸ ਦੇ ਵਿੱਚ ਬੈਠਾ ਸੀਗਾ ਜਿੱਥੇ ਉਸਦੀ ਇੰਟਰਵਿਊ ਹੋਈ ਹੈ। ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਚੱਲਦੇ ਹਾਂ, ਉਹ ਦੋ ਬਾਈਟਾਂ ਤੁਹਾਨੂੰ ਸੁਣਾਉਂਦੇ ਹਾਂ ਜਿਸ ਦੇ ਵਿੱਚ ਲਗਾਤਾਰ ਇਸ ਗੱਲ ਦੇ ਡਿਨਾਇਲ ਮੋਡ 'ਤੇ ਸਰਕਾਰ ਅਤੇ ਪੁਲਿਸ ਰਹੀ ਕਿ ਨਹੀਂ ਜੀ, ਇੱਥੇ ਤਾਂ ਇੰਟਰਵਿਊ ਹੋਈ ਨਹੀਂ ਹੈ। ਆਹ ਬਾਈਟ ਸੁਣ ਲਓ। ਸਪਸ਼ਟ ਕਰ ਦਿੱਤਾ ਗਿਆ ਸਾਡੇ ਜਿਹੜੇ DGP ਸਾਹਿਬ ਵੱਲੋਂ ਵੀ, ਪੁਲਿਸ ਡਿਪਾਰਟਮੈਂਟ ਵੱਲੋਂ, ਉਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਦੀ ਕੋਈ ਇੰਟਰਵਿਊ ਨਹੀਂ। ਇਸ ਤਰ੍ਹਾਂ ਦੇ ਜਿਹੜੇ ਕੋਈ ਕਿਸੇ ਹੋਰ ਜੇਲ੍ਹ ਤੋਂ ਜਾਂ ਫਿਰ ਇਸ ਤਰ੍ਹਾਂ ਚੱਲਦਾ ਹੋਊਗਾ? ਇੱਥੇ ਤਾਂ ਇਸ ਤੋਂ ਪਹਿਲਾਂ ਤਾਂ ਇੱਥੇ ਮਤਲਬ ਜੇਲ੍ਹਾਂ ਦੇ ਵਿੱਚੋਂ ਬੰਦੇ ਵੀ ਛਡਾ ਕੇ ਲੈ ਜਾਂਦੇ ਸੀ। ਸੋ ਲਾਅ ਐਂਡ ਆਰਡਰ, ਮਾਨ ਸਾਹਿਬ ਜਾਂਚ ਹੋਵੇਗੀ, ਲਾਅ ਐਂਡ ਆਰਡਰ ਜਿਹੜਾ ਬਿਲਕੁਲ ਮਾਨ ਸਾਹਿਬ ਇਹ ਤੁਸੀਂ ਇੰਟਰਵਿਊ, ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਇੰਟਰਵਿਊ ਜਿਹੜੀ ਇੱਥੇ ਨਹੀਂ ਹੋਈ। DGP ਸਾਹਿਬ ਦਾ ਵੀ ਤੁਹਾਨੂੰ ਉਹ ਬਿਆਨ ਸੁਣਾ ਦਿੰਦੇ ਇੱਕ ਵਾਰ। ਜਾਂਚ ਕੀ ਜੇਲ੍ਹ ਮੇਂ ਨਹੀਂ ਹੈ ਔਰ ਇੱਕ ਸੋਚੀ ਸਮਝੀ ਸਾਜਿਸ਼ ਹੈ, ਪੰਜਾਬ ਕੋ ਪੰਜਾਬ ਪੁਲਿਸ ਕੋ ਬਦਨਾਮ ਕੀਆ ਜਾ ਰਹਾ ਹੈ, ਡਿਸਕ੍ਰੈਡਿਟ ਕੀਆ ਜਾ ਰਹਾ ਹੈ। ਇੰਟਰਵਿਊ ਲਾਰੈਂਸ ਬਿਸ਼ਨੋਈ ਇਜ਼ ਸਪੋਰਟਿੰਗ ਅ ਲੌਂਗ ਬੀਅਰਡ ਐਂਡ ਅ ਲੌਂਗ ਹੇਅਰਡੂ ਵਿਚ ਇਜ਼ ਕੁਆਈਟ ਵਿਜ਼ਿਬਲ, ਹੀ ਇਜ਼ ਵੇਅਰਿੰਗ ਅ ਯੈਲੋ ਟੀ ਸ਼ਰਟ। ਪ੍ਰੈਜੈਂਟਲੀ ਵੈਨ ਹੀ ਵਾਸ ਬ੍ਰੌਟ ਔਨ ਰਿਮਾਂਡ, ਪ੍ਰੋਡਿਊਸਡ ਇਨ ਕੋਰਟ ਐਂਡ ਲੌਜਡ ਇਨ ਜੇਲ੍ਹ, ਹੀ ਇਜ਼ ਹੈਵਿੰਗ ਅ ਸ਼ਾਰਟ ਹੇਅਰ ਕੱਟ, ਅ ਡਿਫਰੈਂਟ ਅਟਾਇਰ। ਵੈਨ ਹਿਜ਼ ਬਿਲੋਂਗਿੰਗਸ ਵਾਸ ਸਰਚਡ ਐਟ ਅ ਟਾਈਮ ਆਫ ਐਂਟਰੀ ਟੂ ਜੇਲ੍ਹ, ਦਿਸ ਨੋ ਯੈਲੋ ਟੀ ਸ਼ਰਟ ਵਾਸ ਦੇਅਰ ਔਰ ਨਾਈਦਰ ਹੀ ਵਾਸ ਵੇਅਰਿੰਗ।
ਸੋ ਇਹਨਾਂ ਨੇ ਸਾਫ਼ ਕੀਤਾ ਕਿ ਇੱਥੇ ਹੋਈ ਨਹੀਂ ਪੰਜਾਬ ਦੇ ਵਿੱਚ, ਔਰ ਸਾਜਿਸ਼ ਦੇ ਤਹਿਤ ਫਸਾਇਆ ਜਾ ਰਿਹਾ। ਜੋ ਅੱਜ ਖਬਰ ਸਾਹਮਣੇ ਆਈ ਤਾਂ ਅਸੀਂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਰਾਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀਗਾ, ਅਸੀਂ ਲਗਾਤਾਰ ਇਹ ਗੱਲ ਕਹਿੰਦੇ ਜੇ ਸੀਗੇ ਕਿ ਇਹ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਇੰਟਰਵਿਊ ਹੋਈ ਹੈ, ਪਰ ਸਾਡੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਅੱਜ ਉਹਨਾਂ ਨੇ ਕਿਹਾ ਕਿ ਮੇਰਾ ਮਨ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਕਿ ਜੇ ਇੰਨੀ ਆਓ ਭਗਤ ਕਰਕੇ ਜਿਸ ਸ਼ਖਸ ਦੀ ਤੁਸੀਂ ਇੰਟਰਵਿਊ ਕਰਵਾ ਸਕਦੇ ਹੋ, ਮੈਂ ਹੁਣ ਸਰਕਾਰ ਤੋਂ ਕਿਵੇਂ ਉਮੀਦ ਕਰ ਸਕਦਾ ਕਿ ਮੈਨੂੰ ਇਨਸਾਫ਼ ਮਿਲੇਗਾ। ਸਾਨੂੰ ਜਿਹੜੀ ਇਹ ਜਾਣਕਾਰੀ ਬੜੀ ਪੁਖਤਾ ਮਿਲ ਗਈ ਸੀ, ਬਾਈ ਨੇਮ ਮਿਲ ਗਈ ਸੀ, ਪਰੰਤੂ ਸਾਡੇ ਤੇ ਵਿਸ਼ਵਾਸ ਵੀ ਕੋਈ ਕਰ ਰਿਹਾ ਸੀ ਜੀ। ਔਰ ਜੋ ਉਸ ਵੀਡੀਓ ਦੇ ਵਿੱਚ ਖਿੜਕੀ ਦੇਖ ਰਹੀ ਸੀ ਉਹ ਬਿਲਕੁਲ CID ਸੀ ਤੇ ਹੋਰ ਫੋਟੋਆਂ ਵੀ ਜਿਹੜੀਆਂ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ ਲਾਰੈਂਸ ਬਿਸ਼ਨੋਈ ਨੂੰ ਉੱਥੇ ਲਿਜਾ ਕੇ ਜੀ, ਉਸ ਦੀਆਂ ਨੇ ਉਹਦੇ ਯਾਰ ਦੋਸਤਾਂ ਦੀਆਂ ਫੋਟੋਆਂ ਵੀ ਸਾਡੇ ਕੋਲ ਸੀਗੀਆਂ ਵੀ ਦੇਖੋ ਉਹਨੂੰ ਉਸੇ ਕਮਰੇ ਦੇ ਵਿੱਚ ਜਿੱਥੇ ਇੰਟਰਵਿਊ ਹੋਈ ਉਸੇ ਸੈੱਲ ਦੇ ਵਿੱਚ ਜਾ ਕੇ ਲੋਕੀ ਮਿਲਦੇ ਰਹੇ ਉਹਨੂੰ, ਪਿੰਨੀਆਂ ਜਿਹੜੀਆਂ ਬੇਸਨ ਦੀਆਂ ਤੇ ਹੋਰ ਜਿਹੜਾ ਜਿਹੜੇ ਉਹਦੇ ਹਮਾਇਤੀ ਨੇ ਜਾ ਕੇ ਦਿੰਦੇ ਰਹੇ ਉੱਥੇ ਜਾ ਕੇ CID ਦੇ ਵਿੱਚ। ਜੇਲ੍ਹ ਵਗੈਰਾ ਚ ਤਾਂ ਮੈਂ ਦੇਖਿਆ ਕੋਈ ਸਮਾਨ ਉਹ ਚੈਕਿੰਗ ਤੋਂ ਬਾਅਦ ਜਾਣਾ, ਪਰੰਤੂ CID ਦੇ ਵਿੱਚ ਕੋਈ ਕਿਸੇ ਕਿਸਮ ਦੀ ਸਰਕਾਰ ਵੱਲੋਂ ਸਖ਼ਤੀ ਨਹੀਂ ਕੀਤੀ ਗਈ ਸੀ, ਸਗੋਂ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ। ਕੇਵਲ ਸਰਕਾਰ ਨੇ ਡਰਾਮਾ ਕੀਤਾ ਜਿੰਨੇ ਜਗ੍ਹਾ ਤੇ ਵੀ ਉਹਨੂੰ ਘੁਮਾਇਆ ਗਿਆ ਕਿ ਸਭ ਜਗ੍ਹਾ ਦੇ ਉੱਤੇ VIP ਉਹਨੂੰ ਇੱਕ ਵਾਰੀ ਦੋਸ਼ੀਆਂ ਦੀ ਤਰ੍ਹਾਂ ਝਿੜਕਿਆ ਵੀ ਨਹੀਂ ਗਿਆ, ਤਾਂ ਇਨਵੈਸਟੀਗੇਸ਼ਨ ਨਿਰਪੱਖ ਕਿੱਥੋਂ ਹੋਊਗੀ ਜਦੋਂ ਤੁਸੀਂ ਦੋਸ਼ੀ ਨੂੰ ਇੰਨਾ ਪਿਆਰ ਕਰ ਰਹੇ ਹੋ। ਸਾਡਾ ਸਿਸਟਮ ਟਿਕਿਆ ਹੋਇਆ ਜੀ, ਮੈਂ ਬੜੇ ਦੁਖੀ ਮਾਨਣਾ ਇਹ ਗੱਲ ਕਹਿੰਦਾ। ਤੁਸੀਂ ਦੇਖੋ ਇਹ ਜਿਹੜੀ ਇੰਟਰਵਿਊ ਅੱਜ ਖਰੜ ਦਾ ਨਾਮ ਆ ਗਿਆ ਤਾਂ ਸਾਡਾ ਸਤਿਕਾਰਯੋਗ DGP ਸਾਹਿਬ ਕਿੱਡਾ ਵੱਡਾ ਅਹੁਦਾ, ਉਹਨਾਂ ਨੇ ਕੀ ਅਹੁਦੇ ਦੀ ਮਰਿਆਦਾ ਰੱਖੀ ਦੱਸੋ। ਸੋ ਇੱਕ ਸਵਾਲ ਜ਼ਰੂਰ ਖੜਾ ਹੁੰਦਾ DGP ਸਾਹਿਬ ਤੇ ਵੀ, ਉਹਨਾਂ ਨੇ ਕਿਹਾ ਕਿ ਕੀ ਅਹੁਦੇ ਦੀ ਮਰਿਆਦਾ ਰਹੀ ਜਿੱਥੇ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਖੁੱਲ੍ਹੇਆਮ ਕਿਹਾ ਕਿ ਨਹੀਂ ਦੇਖੋ ਇਹ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਨਹੀਂ, ਔਰ ਇੰਨੀ ਜਲਦੀ ਕਿਉਂ ਸੀ? ਇਹ ਵੀ ਕਿਹਾ ਜਾ ਸਕਦਾ ਸੀਗਾ ਜਾਂਚ ਕਰ ਰਹੇ ਹਾਂ, ਜਾਂਚ ਤੋਂ ਬਾਅਦ ਸਾਨੂੰ ਪਤਾ ਲੱਗੇਗਾ। ਜੇ SIT ਨਾ ਬਣਦੀ, ਜੇ ਇਹ ਪਟੀਸ਼ਨ ਨਾ ਪੈਂਦੀ ਤਾਂ ਸ਼ਾਇਦ ਇਹ ਗੱਲ ਕਦੇ ਸਾਹਮਣੇ ਆਉਂਦੀ ਨਾ ਕਿ ਇੰਟਰਵਿਊ ਕਿੱਥੇ ਹੋਈ ਹੈ। ਖੈਰ ਅੱਗੇ ਵਧਦੇ ਹਾਂ, ਸਾਡੇ ਨਾਲ ਇਸ ਪੂਰੇ ਮਾਮਲੇ 'ਤੇ ਗੱਲਬਾਤ ਕਰਨ ਦੇ ਲਈ ਖਾਸ ਮਹਿਮਾਨ ਨੇ ਐਡਵੋਕੇਟ ਗੌਰਵ ਭਈਆ ਸਾਹਿਬ ਸਾਡੇ ਨਾਲ ਮੌਜੂਦ ਨੇ, ਸੀਨੀਅਰ ਵਕੀਲ ਨੇ ਅਤੇ ਪਟੀਸ਼ਨ ਕਰਤਾ ਨੇ ਇਸ ਪੂਰੇ ਮਸਲੇ ਦੇ ਵਿੱਚ। ਇਹਨਾਂ ਨੇ ਪਟੀਸ਼ਨ ਪਾਈ ਹੈ ਜਿਨ੍ਹਾਂ ਦੀ ਪਟੀਸ਼ਨ ਤੋਂ ਬਾਅਦ ਇਹ ਖੁਲਾਸੇ ਹੋਏ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਨਾਲ ਸੰਬੰਧਿਤ ਨੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਹਿਬ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਅਰਸ਼ਪ੍ਰੀਤ ਖੜਿਆਲ ਸਾਹਿਬ, ਮੁੱਖ ਬੁਲਾਰੇ ਨੇ ਪੰਜਾਬ ਕਾਂਗਰਸ ਦੇ ਚੇਤਨ ਜੋਸ਼ੀ ਜੀ, ਬੁਲਾਰੇ ਨੇ ਪੰਜਾਬ BJP ਦਾ। ਬਹੁਤ ਬਹੁਤ ਸਵਾਗਤ ਆ ਸਾਰੇ ਮਹਿਮਾਨਾਂ ਦਾ। ਆਮ ਆਦਮੀ ਪਾਰਟੀ ਅੱਜ ਵੀ ਅਸੀਂ ਕੋਸ਼ਿਸ਼ ਕੀਤੀ ਕਿ ਆਓ ਤੁਸੀਂ ਆਪਣਾ ਪੱਖ ਰੱਖੋ, ਪਰ ਉਹਨਾਂ ਵੱਲੋਂ ਕੋਈ ਪੱਖ ਨਹੀਂ ਰੱਖਿਆ ਗਿਆ, ਔਰ ਚੁੱਪੀ ਦੇਖੋ ਕਿੰਨੀ ਵੱਡੀ ਹੈ। ਵੈਸੇ ਤਾਂ ਬਹੁਤ ਸਾਰੀਆਂ ਟਵੀਟਸ ਕੀਤੀਆਂ ਜਾਂਦੀਆਂ ਨੇ ਨਾ, ਅੱਜ ਤੁਹਾਡੀ ਚੁੱਪੀ ਕਿਉਂ ਆ? ਅੱਜ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ? ਅੱਜ ਕਿਉਂ ਨਹੀਂ ਟਵੀਟ ਆਇਆ ਕਿ ਭਾਈ ਟੰਗ ਦੇਵਾਂਗੇ ਜਿਨ੍ਹਾਂ ਜਿਨ੍ਹਾਂ ਨੇ ਇੰਟਰਵਿਊਜ਼ ਕਰਾਈਆਂ? ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਸ਼ੁਰੂਆਤ ਗੌਰਵ ਭਈਆ ਸਾਹਿਬ ਤੋਂ ਕਰ ਲੈਂਦੇ ਹਾਂ। ਗੌਰਵ ਜੀ, ਇੱਕ ਤਾਂ ਚੰਗਾ ਕੰਮ ਤੁਸੀਂ ਕੀਤਾ ਕਿ ਪਟੀਸ਼ਨ ਪਾਈ, ਲੋਕਾਂ ਦੇ ਸਾਹਮਣੇ ਸਾਰੀ ਸੱਚਾਈ ਬਾਹਰ ਆਈ ਹੈ। ਅੱਜ ਥੋੜ੍ਹਾ ਜਿਹਾ ਦੱਸੋਗੇ, ਕਿਉਂਕਿ ਵਾਰ ਵਾਰ ਲੋਕੀ ਨਾ ਇਹ ਸਵਾਲ ਜ਼ਰੂਰ ਚੁੱਕਦੇ ਨੇ। ਲਾਸਟ ਟਾਈਮ ਜਦੋਂ ਅਸੀਂ ਖਬਰ ਚਲਾਈ ਸੀ ਤਾਂ ਵੀ ਚੁੱਕਿਆ ਕਿ ਦੇਖੋ ਜੀ, ਮੀਡੀਆ ਐਵੇਂ ਗੱਲਾਂ ਕਰੀ ਜਾਂਦਾ, ਜੇ ਸੀਲਬੰਦ ਰਿਪੋਰਟ ਹੈ, ਜੇ ਉਹ ਹਾਈਕੋਰਟ ਦੇ ਵਿੱਚ ਦਿੱਤੀ ਗਈ ਹੈ ਜੱਜ ਸਾਹਿਬਾਨ ਨੂੰ, ਫਿਰ ਖਬਰ ਕਿਵੇਂ ਬਾਹਰ ਆ ਸਕਦੀ ਹੈ ਜੀ ਕਿ ਇੰਟਰਵਿਊ ਜਿਹੜੀ ਉਹ ਪੰਜਾਬ ਦੇ ਵਿੱਚ ਹੋਈ ਜਾਂ ਖਰੜ ਦੇ ਵਿੱਚ ਹੋਈ? ਇਹ ਜਾਣਕਾਰੀ ਕਿਵੇਂ ਸਾਡੇ ਕੋਲ ਪਹੁੰਚੀ ਹੈ? ਥੋੜ੍ਹੀ ਜਿਹੀ ਇਹਦੀ ਵੀ ਜਾਣਕਾਰੀ ਦਿਓ, ਤਾਂ ਥੋੜ੍ਹਾ ਜੋ ਗੱਲਾਂ ਅੱਜ ਹਾਈਕੋਰਟ ਦੇ ਵਿੱਚ ਹੋਈਆਂ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ।
ਸਰ ਆਪਾਂ ਨੂੰ ਨਾ ਇਹ ਲੱਗਦਾ ਹੈ ਕਿ ਜਿਹੜੇ ਸਾਡੇ ਮਾਨਯੋਗ ਜੱਜਿਸ ਨੇ ਜਿਹੜੇ ਕਿ ਹਾਈਕੋਰਟ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਸ਼ਾਇਦ ਸਮਾਜ ਦੇ ਵਿੱਚ ਕੀ ਵਿਚਰ ਰਿਹਾ ਹੈ, ਕਿਸ ਤਰੀਕੇ ਦੇ ਨਾਲ ਮੀਡੀਆ ਮੈਨੇਜ ਕੀਤੀ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਫੇਕ ਨਿਊਜ਼ ਜਿਹੜੀਆਂ ਨੇ ਫੈਲਾਈਆਂ ਜਾਂਦੀਆਂ ਨੇ, ਨੈਰੇਟਿਵਸ ਕਿਸ ਤਰੀਕੇ ਦੇ ਨਾਲ ਸੈੱਟ ਕੀਤੇ ਜਾਂਦੇ ਨੇ, ਇਹਨਾਂ ਦੀ ਸ਼ਾਇਦ ਇਹ ਜਿਹੜੇ ਸੱਤਾ ਦੇ ਵਿੱਚ ਲੋਕ ਬੈਠੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਨੂੰ ਜਾਣਕਾਰੀ ਨਹੀਂ ਮਿਲਦੀ। ਲੇਕਿਨ ਸੱਚਾਈ ਇਹ ਹੈ ਕਿ ਇਹ ਗੱਲਾਂ ਜਿਹੜੀਆਂ ਨੇ ਇਹ ਘੁੰਮ ਘੁਮਾ ਕੇ ਮਾਨਯੋਗ ਉਸ ਜੱਜਿਸ ਤੱਕ ਵੀ ਪਹੁੰਚਦੀਆਂ ਨੇ। ਲਾਸਟ ਡੇਟ ਤੇ ਜਦੋਂ ਤੁਸੀਂ, ਮੈਂ ਇਸੇ ਡਿਬੇਟ 'ਚ ਤੁਹਾਡੇ ਨਾਲ ਬੈਠਾ ਸੀਗਾ ਔਰ ਮੈਂ ਖੁਦ ਜ਼ਿੰਮੇਵਾਰੀ ਲੈ ਕੇ ਇਹ ਗੱਲ ਤੁਹਾਨੂੰ ਕਨਵੇ ਕੀਤੀ ਸੀਗੀ ਕਿ ਪ੍ਰਮੋਦ ਕੁਮਾਰ ਜੀ ਜੋ ਕਿ ਇਸ ਟਾਈਮ ਡੀਜੀਪੀ ਲੈਵਲ ਦਾ ਅਹੁਦਾ ਹੈ ਉਹਨਾਂ ਦੇ ਕੋਲ, ਹਿਊਮਨ ਰਾਈਟ ਵਿੰਗਸ ਦੇ ਉਹ ਪੰਜਾਬ ਦੇ ਡੀਜੀਪੀ ਲੈਵਲ ਦੇ ਆਫਿਸਰ ਨੇ, ਆਈਪੀਐਸ ਆਫਿਸਰ ਨੇ, ਉਸ ਤੋਂ ਬਾਅਦ ਮੈਡਮ ਜਗਦਲੀ ਨਿਲਾਂਬਰੀ ਜਗਦਲੇ ਨੇ, ਨਾਲ ਐਸ ਰਾਹੁਲ ਜੀ ਨੇ, ਤਿੰਨੋਂ ਪੰਜਾਬ ਪੁਲਿਸ ਦੇ ਆਫਿਸਰਸ ਨੇ। ਇਹਨਾਂ ਤਿੰਨਾਂ ਦੀ ਸਿੱਟ ਬਣੀ ਹੋਈ ਹੈ, ਪੰਜਾਬ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਔਰ ਪੰਜਾਬ ਪੁਲਿਸ ਇਨਵੈਸਟੀਗੇਟ ਕਰਕੇ ਰਿਪੋਰਟ ਕਿਹਨੂੰ ਦੇ ਰਹੀ ਹੈ, ਫਰਕ ਸਿਰਫ ਇੰਨਾ ਹੈ ਕਿਉਂਕਿ ਪੰਜਾਬ ਪੁਲਿਸ ਦੀ ਉਹ ਜਿਹੜੀ ਸਿੱਟ ਬਣੀ ਉਸ ਇਨਵੈਸਟੀਗੇਸ਼ਨ ਨੇ ਆਪਦੀ ਰਿਪੋਰਟ ਸਿਰਫ ਤੇ ਸਿਰਫ ਮਾਨਯੋਗ ਹਾਈਕੋਰਟ ਨੂੰ ਦੇਣੀ ਸੀਗੀ, ਜਿਹਦੀ ਵਜ੍ਹਾ ਕਰਕੇ ਨਾ ਤਾਂ ਉਹਨਾਂ ਦੇ ਉੱਤੇ ਕੋਈ ਪੋਲੀਟੀਕਲ ਦਬਾਅ ਸੀਗਾ, ਨਾ ਹੀ ਉਹਨਾਂ ਦੇ ਉੱਤੇ ਕੋਈ ਫਾਈਨੈਂਸ਼ੀਅਲ ਦਬਾਅ ਸੀਗਾ, ਨਾ ਹੀ ਉਹਨਾਂ ਦੇ ਉੱਤੇ ਕਿਸੇ ਆਪਦੇ ਸੀਨੀਅਰ ਆਫਿਸਰ ਦਾ ਦਬਾਅ ਸੀਗਾ। ਉਹਨਾਂ ਨੇ ਜੋ ਸੱਚ ਸੀਗਾ, ਜੋ ਫੈਕਟ ਸੀਗੇ, ਜੋ ਤੱਥ ਸੀਗੇ, ਉਹ ਮਾਨਯੋਗ ਕੋਰਟ ਦੇ ਅੱਗੇ ਰੱਖ ਦਿੱਤੇ। ਇਹ ਤਾਂ ਹੀ ਪੋਸੀਬਲ ਹੋ ਪਾਇਆ ਕਿਉਂਕਿ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਸੀਗਾ। ਮਾਨਯੋਗ ਡੀਜੀਪੀ ਸਾਹਿਬ ਨੂੰ ਕੋਈ ਜ਼ਰੂਰਤ ਨਹੀਂ ਸੀਗੀ ਪਹਿਲੀ ਇਸ ਚੀਜ਼ 'ਤੇ ਹੀ ਕਿ ਵੀ ਉਹ ਇਸ ਚੀਜ਼ 'ਤੇ ਇਨਕਾਰ ਕਰਦੇ ਵਿਦਾਊਟ ਐਨੀ ਇਨਵੈਸਟੀਗੇਸ਼ਨ, ਵਿਦਾਊਟ ਐਨੀ ਇਨਕੁਆਇਰੀ ਕਿ ਇਹ ਇੰਟਰਵਿਊ ਜਿਹੜੀ ਹੈ ਪੰਜਾਬ ਦੀਆਂ ਜੇਲ੍ਹਾਂ 'ਚੋਂ ਨਹੀਂ ਹੋਈ, ਕਿੱਥੋਂ ਹੋਈ ਹੈ, ਕਿੱਥੋਂ ਨਹੀਂ ਹੋਈ, ਕਹਿਣਾ ਹੀ ਨਹੀਂ ਚਾਹੀਦਾ ਸੀਗਾ ਉਹਨਾਂ ਨੂੰ। ਪਹਿਲਾਂ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਉਹ ਪਹਿਲਾਂ ਉਹਦੀ ਇਨਵੈਸਟੀਗੇਸ਼ਨ ਕਰਾਉਂਦੇ ਕਿ ਇੰਟਰਵਿਊ ਕਿੱਥੇ ਹੋਈ ਹੈ, ਕਿੰਨੇ ਕਰਾਈ ਹੈ, ਕੌਣ ਆਫਿਸਰ ਜ਼ਿੰਮੇਵਾਰ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਆਪਾਂ ਜਰਨਲਾਈਜ਼ ਨਹੀਂ ਕਰ ਸਕਦੇ ਕਿ ਵੀ ਪੰਜਾਬ ਪੁਲਿਸ ਮਾੜੀ ਹੈ, ਆਪਾਂ ਜਰਨਲਾਈਜ਼ ਨਹੀਂ ਕਰ ਸਕਦੇ ਕਿ ਪੰਜਾਬ ਸਰਕਾਰ ਮਾੜੀ ਹੈ। ਆਪਾਂ ਨੂੰ ਐਗਜੈਕਟਲੀ ਬੰਦੇ ਪਿੰਨ ਪੁਆਇੰਟ ਕਰਨੇ ਪੈਂਦੇ ਨੇ ਕਿ ਇਸ ਬੰਦੇ ਦੀ ਵਜ੍ਹਾ ਦੇ ਨਾਲ ਪੂਰੇ ਡਿਪਾਰਟਮੈਂਟ ਦਾ ਨਾਮ ਖਰਾਬ ਹੋ ਰਿਹਾ ਹੈ। ਇਸੇ ਕੇਸ ਦੇ ਵਿੱਚ ਸਰ, ਮੈਂ ਤੁਹਾਡਾ ਥੋੜ੍ਹਾ ਟਾਈਮ ਜ਼ਿਆਦਾ ਲੈ ਰਿਹਾ ਬਟ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ। ਇਸੇ ਕੇਸ ਦੇ ਵਿੱਚ ਆਪਾਂ ਦੇਖਿਆ ਇੱਕ SHO ਪ੍ਰਿਤਪਾਲ ਸਿੰਘ, ਉਸ ਬੰਦੇ ਦੀ ਗ੍ਰਿਫਤਾਰੀ ਹੋਈ ਇਸ ਟਾਈਮ ਉਹ ਜੇਲ੍ਹ ਦੇ ਵਿੱਚ ਹੈ, ਮਾਨਯੋਗ ਹਾਈਕੋਰਟ ਦੀ ਇੰਟਰਫੀਰੈਂਸ ਦੇ ਕਰਕੇ ਕੋਰਟ ਨੇ ਕਿਹਾ ਕਿ 6 ਮਹੀਨੇ ਉਸ ਬੰਦੇ ਦਾ ਕੇਸ, 6 ਮਹੀਨੇ ਦੇ ਵਿੱਚ ਉਸ ਕੇਸ ਦਾ ਨਿਪਟਾਰਾ ਕੀਤਾ ਜਾਵੇ। ਉਸ ਕੇਸ ਦੇ ਵਿੱਚ ਵੀ ਸਿਮਿਲਰ ਸਿਚੁਏਸ਼ਨ ਸੀਗੀ। ਹੁਣ ਸੈਕਿੰਡ ਨੰਬਰ ਦੇ ਉੱਤੇ ਆ ਗਿਆ ਜਿਹੜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਸੀ, ਇਹ ਸਭ ਕੁਝ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਤੋਂ ਨਿਕਲਿਆ। ਸਰਕਾਰ ਨਹੀਂ ਚਾਹੁੰਦੀ ਕਿ ਅਸਲ ਜਿਹੜੇ ਅਪਰਾਧੀ ਨੇ ਉਹ ਪਕੜੇ ਜਾਣ ਜਾਂ ਅਸਲ ਅਪਰਾਧੀਆਂ ਦਾ ਨਾਮ ਵੀ ਜਿਹੜਾ ਉਹ ਜ਼ਾਹਰ ਹੋ ਸਕੇ, ਜਿਹਦੇ ਕਰਕੇ ਹਰ ਇੱਕ ਉਹਦੇ ਨਾਲ ਜੁੜੇ ਹੋਏ ਐਂਗਲ ਦੇ ਉੱਤੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਿਨਾਂ ਇਨਵੈਸਟੀਗੇਸ਼ਨ ਕੀਤੇ ਪੰਜਾਬ ਪੁਲਿਸ ਦੇ DGP ਸਾਹਿਬ ਨੇ ਆਪਦੀ ਸਟੇਟਮੈਂਟ ਦਿੱਤੀ, ਪ੍ਰੈਸ ਕਾਨਫਰੰਸ ਕਰਤੀ, ਉਸੇ ਲੈਵਲ ਦੇ ਉੱਤੇ ਫਿਰ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੇ ਆਪਦਾ ਜਵਾਬ ਦਿੱਤਾ। ਬੜੀ ਬੇਸ਼ਰਮੀ ਵਾਲੀ ਗੱਲ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਕੋਈ ਬੁਲਾਰਾ ਇੱਥੇ ਸ਼ਾਮਲ ਨਹੀਂ ਹੈ ਔਰ ਮੈਨੂੰ ਨਹੀਂ ਲੱਗਦਾ ਕਿਸੇ ਵੀ ਚੈਨਲ ਤੇ ਬੈਠ ਕੇ ਇਸ ਗੱਲ ਨੂੰ ਕਹਿ ਸਕਦੇ ਨੇ ਕਿਉਂਕਿ ਅੱਜ ਮਾਨਯੋਗ ਹਾਈਕੋਰਟ ਐਗਜੈਕਟਲੀ ਪ੍ਰਬੋਧ ਕੁਮਾਰ ਉਹਨਾਂ ਨੇ ਅੱਜ ਕੀ ਕਿਹਾ, ਕੀ ਗੱਲਬਾਤ ਉੱਥੇ ਹੋਈ ਹੈ, ਕਿਵੇਂ ਸੀਆਈਏ ਦਾ ਨਾਮ ਬਾਹਰ ਆਇਆ?
ਸਰ ਉਹਨਾਂ ਨੇ ਆਪਦੀ ਜਿਹੜੀ ਸੀਲਡ ਰਿਪੋਰਟ ਕੋਰਟ ਦੇ ਵਿੱਚ ਦਿੱਤੀ ਉਹਦੇ ਵਿੱਚ ਕੁਛ ਪਾਰਟ ਐਸੇ ਨੇ ਕਿਉਂਕਿ ਜਦੋਂ ਕੋਈ ਆਫਿਸਰ ਇਨਵੈਸਟੀਗੇਸ਼ਨ ਕਰਦਾ ਹੈ ਤਾਂ ਕੁਛ ਬੜੇ ਸੀਕ੍ਰੇਟਿਵ ਔਰ ਕੁਛ ਐਸੇ ਪੁਲਿਸ ਦੀਆਂ ਕੰਮ ਕਰਨ ਦੇ ਤਰੀਕੇ ਹੁੰਦੇ ਨੇ ਜਿਨ੍ਹਾਂ ਨੂੰ ਆਮ ਪਬਲਿਕ ਦੇ ਵਿੱਚ ਜ਼ਾਹਰ ਨਹੀਂ ਕੀਤਾ ਜਾ ਸਕਦਾ ਸੋ ਉਹ ਚੀਜ਼ਾਂ ਨੂੰ ਮੈਂ ਵੀ ਐਜ਼ ਅ ਲਾਇਰ ਤੁਹਾਡੇ ਸਾਹਮਣੇ ਡਿਸਕਸ ਨਹੀਂ ਕਰ ਸਕਦਾ ਜਨਰਲ ਪਬਲਿਕ ਦੇ ਅੱਗੇ ਲੇਕਿਨ ਉਹਨਾਂ ਨੇ ਜੋ ਕਰਕਸ ਸੀਗਾ ਜਿਹੜਾ ਕਿ ਪਬਲਿਕ ਨੂੰ ਇਨਫੋਰਮ ਕੀਤਾ ਜਾਣਾ ਚਾਹੀਦਾ ਸੀਗਾ ਉਹ ਕੋਰਟ ਦੇ ਅੱਗੇ ਉਹਨਾਂ ਨੇ ਦੱਸਿਆ ਔਰ ਉਹਨਾਂ ਦੇ ਸ਼ਬਦ ਸੀਗੇ ਕੋਰਟ ਨੇ ਉਹਨੂੰ ਰਿਕਾਰਡ ਕੀਤਾ ਆਪਦੇ ਆਰਡਰ ਦੇ ਵਿੱਚ ਕਿ ਅਸੀਂ ਇਹ ਪਤਾ ਲਗਾਉਣ 'ਚ ਕਾਮਯਾਬ ਹੋ ਗਏ ਹਾਂ ਵਿਦ ਫੁੱਲ ਪ੍ਰੂਫਸ ਪੂਰੇ ਉਹਨਾਂ ਕੋਲ ਡਾਕੂਮੈਂਟਰੀ ਡਿਜੀਟਲ ਐਵੀਡੈਂਸ ਹੈ ਇਸ ਚੀਜ਼ ਦਾ ਕਿ ਪੰਜਾਬ ਪੁਲਿਸ ਦੇ CIA ਸਟਾਫ ਖਰੜ ਦੇ ਵਿੱਚ ਇਹ ਇੰਟਰਵਿਊ ਹੋਲਡ ਕੀਤੀ ਗਈ ਹੈ ਉਹਨਾਂ ਨੇ ਟਾਈਮ ਮੰਗਿਆ ਕੋਰਟ ਕੋਲੋਂ ਕਿ ਅਸੀਂ ਕਿਹੜੇ ਆਫਿਸਰ ਸੀਗੇ ਉਸ ਟਾਈਮ ਦੇ ਉੱਤੇ ਜਿਹੜੇ ਉਹਨੂੰ CIA ਸਟਾਫ ਖਰੜ ਲੈ ਕੇ ਗਏ ਕਿਹੜੇ ਆਫਿਸਰ ਸੀਗੇ ਜਿਨ੍ਹਾਂ ਦੀ ਨਿਗਰਾਨੀ ਦੇ ਤਹਿਤ ਇਹ ਕੰਮ ਹੋਇਆ ਔਰ ਉਸ ਤੋਂ ਬਾਅਦ ਮਜ਼ੇ ਵਾਲੀ ਗੱਲ ਇਹ ਹੈ ਸਰ ਕਿ ਜਿਹੜੀ ਮਾਨਯੋਗ ਹਾਈ ਕੋਰਟ ਨੇ ਸਪੈਸੀਫਿਕ ਓਬਜ਼ਰਵ ਕਰਕੇ ਅਰੁਣਪਾਲ ਸਿੰਘ ਜੀ ਜਿਹੜੇ ਕਿ ADGP ਜੇਲਸ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਪਿਛਲੇ 1 ਸਾਲ ਤੋਂ ਕੋਰਟ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋ ਕਿ ਇਹ ਇੱਕ ਇੰਟਰਵਿਊ ਜਿਹੜੀ ਹੈ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਨਹੀਂ ਹੋਈ ਜਦਕਿ ਅੱਜ ਬਿਲਕੁਲ ਕਲੀਅਰ ਹੋ ਗਿਆ ਕ੍ਰਿਸਟਲ ਕਲੀਅਰ ਹੋ ਗਿਆ ਜਿਹਦੇ 'ਤੇ ਬਿਲਕੁਲ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਹਾਈਕੋਰਟ ਦੇ ਆਰਡਰ ਦਾ ਪਾਰਟ ਹੈ 2 ਪੇਜਾਂ ਦਾ ਉਹ ਆਰਡਰ ਲਿਖਾਇਆ ਜਿਹਦੇ ਵਿੱਚ ਸਾਰੀ ਡਿਟੇਲ ਦਿੱਤੀ ਗਈ ਹੈ ਕਿਸ ਤਰ੍ਹਾਂ ਹੋਇਆ ਇਸ ਨਤੀਜੇ ਦੇ ਪਹੁੰਚੇ ਤਰੀਕ 3 ਸਤੰਬਰ 2022 ਦੱਸੀ ਗਈ ਹੈ ਇੰਟਰਵਿਊ ਦੀ ਕਿ 3 ਸਤੰਬਰ 2022 ਨੂੰ ਇੰਟਰਵਿਊ ਹੋਈ ਹੈ ਹਾਂਜੀ ਹਾਂਜੀ ਸਰ ਤਰੀਕ ਇਹੀ ਦੱਸੀ ਗਈ ਹੈ ਲੇਕਿਨ ਤੁਸੀਂ ਜਿਵੇਂ ਪਹਿਲਾਂ ਆਪਦੀ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਸਿਗਨਲ ਐਪ ਦੇ ਥਰੂ ਹੋਈ ਹੈ ਫੋਨ ਡਿਵਾਈਸ ਜਿਹੜੀ ਸੀਗੀ ਉਹ ਯੂਜ਼ ਕੀਤੀ ਗਈ ਕਿਹੜੀ ਡਿਵਾਈਸ ਯੂਜ਼ ਕੀਤੀ ਗਈ ਜਿਹੜੀ SIT ਹੈ ਉਹਦੇ ਕੋਲ ਉਹ ਸਾਰੀ ਚੀਜ਼ ਅਵੇਲੇਬਲ ਹੈ ਉਹਨਾਂ ਦੇ ਕੋਲ ਬੜਾ ਪੁਖਤਾ ਪਰੂਫ ਹੈ ਇਸ ਚੀਜ਼ ਨੂੰ ਲਿੰਕ ਕਰਨ ਦਾ ਕਿ ਕਿਹੜੇ ਆਫਿਸਰਸ ਜ਼ਿੰਮੇਵਾਰ ਨੇ ਜਿਨ੍ਹਾਂ ਦੀ ਨਿਗਰਾਨੀ ਦੇ ਤਹਿਤ ਇਹ ਕੰਮ ਹੋਇਆ ਮੈਂ ਗੱਲ ਇਸ 'ਤੇ ਆਉਣਾ ਚਾਹੁੰਦਾ ਸੀ ਕਿ ਇਹ ਸਾਰੇ ਇਸ਼ੂ ਨੂੰ ਅਵੋਇਡ ਕੀਤਾ ਜਾ ਸਕਦਾ ਸੀ ਜੇ ਸਾਡੇ ਮੁੱਖ ਮੰਤਰੀ ਸਾਹਿਬ ਸੀਰੀਅਸਲੀ ਇਸ ਕੇਸ ਨੂੰ ਕੰਸਿਡਰ ਕਰਦੇ ਕਿ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਸਿੱਧੂ ਮੂਸੇਵਾਲਾ ਸਿਰਫ ਪੰਜਾਬ ਨਹੀਂ ਪੂਰੇ ਦੁਨੀਆ ਦਾ ਇੱਕ ਹੀਰਾ ਸੀਗਾ ਜਾਂ ਦੁਨੀਆ ਦੀ ਇੱਕ ਐਸੈਟ ਸੀਗੀ ਜਿਹੜਾ ਕਿ ਸਿੰਗਿੰਗ ਵਰਲਡ ਦੇ ਵਿੱਚ ਆਪਦਾ ਨਾਮ ਬਣਾ ਰਿਹਾ ਸੀਗਾ ਉਸ ਬੰਦੇ ਦਾ ਇੰਨੇ ਦੁਰਦਾਂਤ ਤਰੀਕੇ ਦੇ ਨਾਲ ਮਰਡਰ ਹੋਇਆ ਜਿਵੇਂ ਮੈਕਸੀਕੋ ਵਗੈਰਾ 'ਚ ਹੁੰਦੇ ਨੇ ਉਸ ਤਰੀਕੇ ਦੇ ਨਾਲ ਉਹਦਾ ਮਰਡਰ ਹੋਇਆ ਅਤੇ ਸਾਡੇ ਪੰਜਾਬ ਦੇ ਵਿੱਚ ਹੋਇਆ ਛਵੀ ਕਿੰਨੀ ਖਰਾਬ ਹੋਈ ਪੰਜਾਬ ਦੀ ਖਰਾਬ ਹੋਈ ਉਸ ਛਵੀ ਨੂੰ ਸੁਧਾਰਨ ਦਾ ਬੜਾ ਵਧੀਆ ਮੌਕਾ ਸੀਗਾ ਮੁੱਖ ਮੰਤਰੀ ਸਾਹਿਬ ਕੋਲੋਂ ਕਿ ਉਹ ਪ੍ਰੋਪਰ ਇਨਵੈਸਟੀਗੇਸ਼ਨ ਕਰ ਲੈ ਔਰ ਉਹਦਾ ਰਿਜ਼ਲਟ ਜਿਹੜਾ ਉਹ ਪਬਲਿਕ ਦੇ ਅੱਗੇ ਰੱਖ ਮੈਂ ਤੁਹਾਡੇ ਕੋਲ ਵਾਪਸ ਆਉਂਦਾ ਖੜਿਆਲ ਸਾਹਿਬ ਲਗਾਤਾਰ ਡਿਨਾਇਲ ਮੋਡ ਤੇ DGP ਸਾਹਿਬ ਰਹੇ ਪਲੀਜ਼ ਬੜਾ ਬੜਾ ਮੁਸ਼ਕਲ ਨਹੀਂ ਹੋ ਜਾਂਦਾ ਕਿ ਤੁਸੀਂ ਮਤਲਬ ਜਦੋਂ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਖੁੱਲ੍ਹਿਆ ਮਤਲਬ ਵਿਦਇਨ 24 ਆਵਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਇੰਟਰਵਿਊ ਔਨ ਏਅਰ ਹੋਈ 24 ਘੰਟੇ ਦੇ ਅੰਦਰ ਅੰਦਰ ਤੁਸੀਂ ਕਿਵੇਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਨਹੀਂ ਅੱਜ SIT ਨੇ ਖੁਲਾਸਾ ਕਰਤਾ ਤੁਹਾਡੀ ਪੰਜਾਬ ਪੁਲਿਸ ਦੀ SIT ਉਹਨੇ ਕਿਹਾ ਕਿ ਨਹੀਂ ਜੀ ਖਰੜ ਦੇ CIA ਸਟਾਫ ਦੇ ਵਿੱਚ ਹੋਈ ਫਿਰ ਭਰੋਸੇਯੋਗਤਾ ਕਿੱਥੇ ਕਰਦੇ ਲੋਕ ਤੁਹਾਡੇ ਤੇ ਅੰਨਾ ਵਿਸ਼ਵਾਸ ਕਰਦੇ ਹੁੰਦੇ ਨੇ DGP ਸਾਹਿਬ ਤੇ ਮੁੱਖ ਮੰਤਰੀ ਸਾਹਿਬ ਤੇ ਕਿ ਜੋ ਉਹਨਾਂ ਨੇ ਕਹਿਤਾ ਉਹ ਠੀਕ ਹੈ ਪਰ ਅੱਜ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਦਾ ਵਿਸ਼ਵਾਸ ਥੜਕਿਆ ਹਰਪ੍ਰੀਤ ਜੀ ਗਲਤੀ ਦੀ ਮਾਫੀ ਹੁੰਦੀ ਹੈ ਗੁਨਾਹ ਦੀ ਨਹੀਂ ਮਾਨ ਸਾਹਿਬ ਕੱਲ ਹੀ ਕਹਿ ਰਹੇ ਸੀਗੇ ਤੇ ਇਹਨਾਂ ਨੇ ਗਲਤੀ ਨਹੀਂ ਗੁਨਾਹ ਕੀਤਾ ਹੈ ਜੋ ਸ਼ਰੇਆਮ ਖੁੱਲ੍ਹੇਆਮ ਨੋਇੰਗਲੀ ਜਾਣ ਬੁੱਝ ਕੇ ਝੂਠ ਬੋਲਿਆ ਵੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਇਹਦਾ ਮਤਲਬ ਇਹ ਹੈ ਕਿ ਮਾਨ ਸਾਹਿਬ ਦੇ ਸ਼ਬਦਾਂ ਦੀ 0 ਕ੍ਰੈਡੀਬਿਲਿਟੀ ਹੈ ਉਹ ਖੁੱਲ੍ਹੇਆਮ ਸ਼ਰੇਆਮ ਝੂਠ ਬੋਲਦੇ ਨੇ ਅਤੇ ਉਹ ਕਹਿੰਦੇ ਨਾ ਵਾਰ ਵਾਰ ਬੋਲੋ ਜਿੱਡਾ ਵੱਡਾ ਬੋਲੋਗੇ ਲੋਕ ਵਿਸ਼ਵਾਸ ਕਰਨਗੇ ਇਹ ਚੀਜ਼ ਕਲੀਅਰ ਹੋ ਗਈ ਹੈ ਗੋਲਡੀ ਬਰਾਡ ਡਿਟੇਨ ਹੋ ਗਿਆ ਵੀ ਮਾਨ ਸਾਹਿਬ ਨੇ ਕਿਹਾ ਸੀਗਾ ਉਹ ਵੀ ਝੂਠ ਪਾਇਆ ਗਿਆ
ਫਿਰ ਮਾਨ ਸਾਹਿਬ ਨੇ ਇਹ ਵੀ ਕਿਹਾ ਸੀਗਾ ਬੀ ਐਮ ਡਬਲਿਊ ਦਾ ਯੂਨਿਟ ਆ ਰਿਹਾ, ਇਹ ਵੀ ਕਿਹਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨਹੀਂ ਹੋਈ। ਮਤਲਬ ਹੁਣ ਮਾਨ ਸਾਹਿਬ ਦੀਆਂ ਗੱਲਾਂ 'ਤੇ ਪੰਜਾਬ ਵਿਸ਼ਵਾਸ ਨਹੀਂ ਕਰ ਸਕਦਾ। ਉਹਨਾਂ ਨੇ ਇਹ ਹੱਕ ਗਵਾ ਲਿਆ ਅਤੇ ਮਾਨ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਬੀਇੰਗ ਹੋਮ ਮਿਨਿਸਟਰ ਐਂਡ ਚੀਫ ਮਿਨਿਸਟਰ। ਇਹ ਜਿਹਾ ਬਿਆਨ ਦੇਣਾ ਹਰਪ੍ਰੀਤ ਜੀ, ਚੀਫ ਮਿਨਿਸਟਰ ਦੀ ਪੋਸਟ ਇਜ਼ ਅ ਵੈਰੀ ਰਿਸਪੋਂਸੀਬਲ ਪੋਸਟ। ਤੁਸੀਂ 3 ਕਰੋੜ ਵਾਸੀਆਂ ਨੂੰ, ਬਸ਼ਿੰਦਿਆਂ ਨੂੰ ਰੈਪ੍ਰਜੈਂਟ ਕਰਦੇ ਹੋ ਅਤੇ ਜਦੋਂ ਤੁਹਾਡਾ ਝੂਠ ਹੈ ਖੁੱਲ੍ਹੇਆਮ ਸ਼ਰਮ ਐਕਸਪੋਜ਼ ਹੁੰਦਾ ਹੈ ਅਤੇ ਪੰਜਾਬ ਦੀ ਰੈਪੂਟੇਸ਼ਨ ਸਫ਼ਰ ਕਰਦੀ ਹੈ, ਪੰਜਾਬੀਆਂ ਦੀ ਰੈਪੂਟੇਸ਼ਨ ਸਫ਼ਰ ਕਰਦੀ ਹੈ। ਦੇਫੋ ਮਾਨ ਸਾਹਿਬ, ਤੁਸੀਂ ਚੀਫ ਮਿਨਿਸਟਰ ਦੀ ਗੱਦੀ 'ਤੇ ਨਹੀਂ ਬੈਠ ਸਕਦੇ, ਯੂ ਨੋਟ ਕੇਪੇਬਲ ਆਫ ਇਟ, ਯੂ ਨੋਟ ਕੰਪੀਟੈਂਟ ਫੋਰ ਇਟ। ਅਤੇ ਇਹ ਤਾਂ ਚੀਜ਼ ਤੁਸੀਂ ਇਹ ਦੇਖੋ, ਮਾਨ ਸਾਹਿਬ ਕੋਲ ਪੂਰਾ ਟਾਈਮ ਸੀਗਾ ਕਿ ਉਹ ਆਪ ਅੱਗੇ ਲੱਗ ਕੇ ਇਸ ਮੈਟਰ 'ਚ ਲੁੱਕ ਇਨ ਟੂ ਕਰਦੇ, ਜ਼ਿੰਮੇਵਾਰੀ ਫਿਕਸ ਕਰਦੇ, ਟਰਾਂਸਪੇਰੈਂਸੀ ਅਕਾਊਂਟੇਬਿਲਿਟੀ ਫਿਕਸ ਕਰਦੇ। ਲੇਕਿਨ ਉਹ ਤਾਂ ਕੀ ਕਰਨਾ ਸੀਗਾ, ਸਰਕਾਰ ਮਤਲਬ ਕਿ ਇਹਦੇ ਸਾਰਾ ਪਰਦਾ ਪਾ ਰਹੀ ਸੀ, ਦੇ ਵਰ ਟ੍ਰਾਈਂਗ ਟੂ ਬ੍ਰਸ਼ ਥਿੰਗਸ ਅੰਡਰ ਦਾ ਕਾਰਪੇਟ। ਸਵਾਲ ਇਹ ਹੈ ਹੁਣ ਤੁਸੀਂ ਉਹ ਸੁਣਿਆ ਹੋਏਗਾ ਬਲਕੌਰ ਸਿੰਘ ਹੋਰਾਂ ਨੂੰ, ਉਹਦਾ ਦਰਦ ਸੁਣਿਆ, ਉਹ ਕਹਿੰਦੇ ਅਸੀਂ ਕਿਵੇਂ ਵਿਸ਼ਵਾਸ ਕਰ ਸਕਦੇ ਸਾਨੂੰ ਇਨਸਾਫ ਮਿਲੇਗਾ। ਬਿਲਕੁਲ ਗੌਰਵ, ਜਦੋਂ ਤੁਸੀਂ ਬਿਠਾ ਕੇ ਇੰਟਰਵਿਊ ਕਰਾ ਰਹੇ ਹੋ, ਪਿਨੀਆਂ ਖਵਾ ਰਹੇ ਹੋ, ਉਹ ਤੋਂ ਅਸੀਂ ਇਨਸਾਫ ਦੀ ਉਮੀਦ ਕਿਵੇਂ ਕਰ ਸਕਦੇ? ਹਰਪ੍ਰੀਤ ਜੀ, ਹੁਣ ਸਵਾਲ ਇਹ ਹੈ ਕਿ ਇਹ ਸਾਰਾ ਕੁਝ ਪੰਜਾਬ 'ਚ ਪਹਿਲੀ ਗੱਲ ਤਾਂ ਹੋਇਆ, ਵੀ ਵੀ ਆਈ ਪੀ ਟ੍ਰੀਟਮੈਂਟ ਮਿਲਿਆ ਉਸ ਵਿਅਕਤੀ ਨੂੰ ਮਿਲਿਆ ਜਿਹਨੇ ਸਾਡੇ ਭਰਾ ਦਾ ਕਤਲ ਕੀਤਾ ਹੈ, ਮੇਨ ਅਕਿਊਜ਼ਡ ਹੈ, ਅਤੇ ਸਿਰਫ ਇੱਕ ਕੇਸ ਦੇ ਵਿੱਚ ਨਹੀਂ ਕਿੰਨਿਆਂ ਕੇਸਾਂ 'ਚ, ਅਤੇ ਉਹਨੂੰ ਵੀ ਵੀ ਆਈ ਪੀ ਟ੍ਰੀਟਮੈਂਟ ਦੇ ਰਹੀ ਆਮ ਆਦਮੀ ਪਾਰਟੀ ਸਰਕਾਰ ਨੰਬਰ 1। ਅਤੇ ਦੂਜੀ ਗੱਲ ਹੈ ਕਿ ਵੀ ਵੀ ਆਈ ਪੀ ਟ੍ਰੀਟਮੈਂਟ ਦੇਣ ਤੋਂ ਬਾਅਦ ਉਹ 'ਤੇ ਪਰਦਾ ਵੀ ਪਾ ਰਹੀ ਹੈ, ਲੁਕੋ ਵੀ ਰਹੀ ਹੈ, ਅਤੇ ਤੀਜੀ ਗੱਲ ਇਹ ਹੈ ਕਿ ਉਹ ਤੋਂ ਬਾਅਦ ਉਹਦੇ ਲਈ ਝੂਠ ਵੀ ਬੋਲ ਰਹੀ ਹੈ। ਹੁਣ ਆਹ 3 ਜਿਹੜੀਆਂ ਚੀਜ਼ਾਂ ਨੇ ਹਰਪ੍ਰੀਤ ਜੀ, ਇਹ ਸਵਾਲ ਇਹ ਖੜਾ ਕਰਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਕਿ ਇਹ ਕਰ ਕਿਉਂ ਰਹੇ ਨੇ, ਐਸਾ ਕੀ ਰਿਸ਼ਤਾ ਲਾਰੈਂਸ ਬਿਸ਼ਨੋਈ ਦੇ ਨਾਲ ਜੋ ਇਹ ਚੀਜ਼ ਇਹ ਕਰ ਰਹੇ ਹੈ। ਇਹ ਸਾਰਾ ਕੁਝ ਜਿਹੜੇ ਆਪਾਂ ਐਗਜ਼ਾਮਪਲ ਤੁਹਾਨੂੰ ਦਿੱਤੇ ਆ, ਮਤਲਬ 3-4 ਜਿਹੜੇ ਪੈਟਰਨਸ ਹੈ, ਇਹ ਕਿਉਂ ਹੈ? ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਡਿਬੇਟ 'ਚ ਆ ਕੇ ਜਵਾਬ ਹੀ ਨਹੀਂ ਦੇਣਾ ਚਾਹੁੰਦੀ, ਤਾਂ ਆਪਾਂ ਇੱਕ ਚੀਜ਼ ਦਾ ਹਿਸਾਬ ਲਾ ਸਕਦੇ ਹਾਂ ਕਿ ਉਹ ਇਨਕੁਆਇਰੀ ਕਰਾਊਗੀ ਨਹੀਂ ਹੁਣ ਵੀ ਟਾਈਮ ਬਾਊਂਡ ਫੈਸ਼ਨ ਦੇ ਵਿੱਚ। ਕਿੱਥੇ ਤਾਂ ਉਹਨਾਂ ਨੂੰ ਅੱਜ ਮਾਨ ਸਾਹਿਬ, ਮੈਂ ਪੁੱਛੂੰਗਾ ਮਾਨ ਸਾਹਿਬ ਚੁੱਪ ਕਿਉਂ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਬੋਲ ਕਿਉਂ ਨਹੀਂ ਰਹੀ ਹੈ ਕਿ ਇਹਨਾਂ ਕੋਲ ਜਵਾਬ ਨਹੀਂ ਵੀ ਹੁਣ, ਕਿਉਂਕਿ ਪਤਾ ਲੱਗ ਗਿਆ ਵੀ ਅਸਤੇ ਜੀ ਫੜੇ ਗਏ ਹੁਣ, ਇਹਦੂ ਬਾਅਦ ਕੀ ਹੋ ਸਕਦਾ ਹੈ? ਅਤੇ ਹੁਣ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਕਿ ਜਿਹੜੇ ਕਲਪਰੇਟਸ ਨੇ, ਪੁਲਿਸ ਵਾਲੇ ਖਾਸ ਕਰਕੇ, ਦੇਖੋ ਬਹੁਤ ਪੁਲਿਸ ਵਾਲੇ ਚੰਗੇ ਵੀ ਨੇ, ਪਰ ਉਹਨਾਂ ਦੇ ਵਿੱਚ ਕੁਛ ਐਸੇ ਵੀ ਨੇ ਜਿਹੜੇ ਡਿਜ਼ਰਵ ਨਹੀਂ ਕਰਦੇ ਉਹ ਵਰਦੀ, ਉਹ ਸਟਾਰਸ, ਉਹ ਐਂਬਲਮ ਜਿਹੜਾ ਉੱਥੇ ਹੈਗਾ ਉਹਨਾਂ ਦੇ ਮੋਢੇ 'ਤੇ, ਅਤੇ ਉਹਨਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਇਹਨਾਂ ਨੂੰ ਇਹ ਗੱਲ ਪੁੱਛੂੰਗਾ ਕੀ ਟਾਈਮ ਬਾਊਂਡ ਇਨਕੁਆਇਰੀ ਉਹਨਾਂ ਖਿਲਾਫ਼ ਆਰਡਰ ਕਰੂ ਆਮ ਆਦਮੀ ਪਾਰਟੀ ਦੀ ਸਰਕਾਰ। ਦੂਜੀ ਗੱਲ ਮੈਂ ਪੁੱਛੂੰਗਾ ਕਿ ਡੀਜੀਪੀ ਸਾਹਿਬ ਜਿਹੜੇ ਇੱਥੇ ਡੀਜੀਪੀ ਸਾਹਿਬ ਬਾਰੇ ਟਿੱਕਾ ਟਿੱਪਣੀ ਕਰ ਰਹੇ ਹੈ, ਮੈਨੂੰ ਨਹੀਂ ਲੱਗਦਾ ਕਿ ਡੀਜੀਪੀ ਸਾਹਿਬ ਨੇ ਆਪਦੀ ਮਰਜ਼ੀ ਨਾਲ ਕੀਤਾ ਹੋਊਗਾ, ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਦੀ ਇੱਕ ਹੋਰ ਚੀਜ਼ ਦੀ ਹਿਸਟਰੀ ਹੈ, ਪ੍ਰੈਸ਼ਰ ਪਾਉਣ ਦੀ, ਆਮ ਟਵਿਸਟ ਕਰਨ ਦੀ ਅਤੇ ਆਪਦੇ ਲਫ਼ਜ਼ ਦੂਜੇ ਤੋਂ ਘਵਾਉਣ ਦੀ। ਤਾਂ ਇਹ ਵੀ ਹੋ ਸਕਦਾ ਕਿ ਡੀਜੀਪੀ ਸਾਹਿਬ ਨੂੰ ਮਜਬੂਰ ਕੀਤਾ ਗਿਆ ਹੋਵੇ ਝੂਠ ਬੋਲਣ ਲਈ, ਕਿਉਂਕਿ ਉਹ ਤਾਂ ਉਹੀ ਕਰਨਗੇ ਜੋ ਸਰਕਾਰ ਕਹੂਗੀ ਤੇ ਉਹ ਐਗਜ਼ੀਕਿਊਟ ਕਰਦੇ। ਸੋ ਆਮ ਆਦਮੀ ਪਾਰਟੀ ਸਰਕਾਰ ਜੇ ਐਕਸਪੋਜ਼ ਹੋਈ ਹੈ ਤੇ ਜਵਾਬ ਇਹਦਾ ਪੰਜਾਬ ਦੋਵੇਂ। ਐਡਵੋਕੇਟ ਸਾਹਿਬ, ਇੱਕ ਮਿੰਟ ਆਇਆ ਮੈਂ, ਇੱਕ ਛੋਟਾ ਜਿਹਾ ਰਿਐਕਸ਼ਨ ਲੈ ਫਿਰ ਤੁਹਾਡੇ ਕੋਲ ਵਾਪਸ ਆਉਣਾ ਮੈਂ। ਤਾਰਨੀ ਸਾਹਿਬ ਤੋਂ ਇੱਕ ਛੋਟਾ ਜਿਹਾ ਰਿਐਕਸ਼ਨ, ਤਾਰਨੀ ਸਾਹਿਬ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਚਲੋ ਇੰਟਰਵਿਊ, ਇਹ ਸਭ ਨੂੰ ਪਤਾ ਕਿ ਸਾਰੀ ਪੁਲਿਸ ਮਾੜੀ ਨਹੀਂ, ਪਰ ਇਹ ਵੀ ਸਭ ਨੂੰ ਪਤਾ ਕਿ ਪੁਲਿਸ ਦੇ ਵਿੱਚ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ, ਗਲਤੀ ਹੋ ਜਾਂਦੀ ਹੈ, ਇਹ ਹੋਇਆ ਹੋਏਗਾ ਮਿਲੀ ਭਗਤ ਦੇ ਨਾਲ। ਮਤਲਬ ਐਡਾ ਵੱਡਾ ਜੇਰਾ ਕਿਸੇ ਦਾ, ਮਤਲਬ ਉਹ ਮੁਲਜ਼ਮ ਜਿਸ ਨੂੰ ਆਪਾਂ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਮੰਨ ਰਹੇ ਹਾਂ ਅੱਜ, ਉਸ ਦੀ ਤੁਸੀਂ ਇੰਟਰਵਿਊ ਕਰਾ ਰਹੇ ਹੋ, ਯਾਨੀ ਕਿ ਪੁਲਿਸ ਨੂੰ ਇਹ ਡਰ ਪੈ ਹੈ ਹੀ ਨਹੀਂ ਕਿ ਇੰਟਰਵਿਊ ਜਦੋਂ ਔਨਅਰ ਹੋਏਗੀ, ਜਦੋਂ ਇਹ ਪਤਾ ਲੱਗੇਗਾ ਭਾਈ ਇੰਟਰਵਿਊ ਕਿੱਥੇ ਹੋਈ ਆ, ਤਾਂ ਫਸਾਂਗੇ ਅਸੀਂ। ਇਹਦੇ ਪਿੱਛੇ ਕੋਈ ਛੱਤਰ ਛਾਇਆ ਵੀ ਹੋ ਸਕਦੀ ਹੈ, ਪਿੱਠ ਪਿੱਛੇ ਕੋਈ ਖੜਾ ਹੋ ਸਕਦਾ, ਕੋਈ ਨਹੀਂ ਤੁਸੀਂ ਕਰਾਓ, ਦੇਖ ਲਾਂਗੇ ਜੋ ਹੋਏਗਾ।
ਦੇਖੋ ਮੈਂ ਤੁਹਾਡਾ ਲਾਸਟ ਜਿਹੜਾ ਛੱਤਰ ਛਾਇਆ ਵਾਲਾ ਸਵਾਲ ਹੈਗਾ ਨਾ ਉਹਦੇ 'ਤੇ ਹੀ ਆ ਜਾਂਦਾ। ਦੇਖੋ ਸਾਡਾ ਇੱਕ ਜੇਲ੍ਹ ਮੈਨੂਅਲ ਬਣਿਆ ਵਾ ਹੈਗਾ ਜਿਹਦੇ ਮੁਤਾਬਕ ਸਾਰੀਆਂ ਜੇਲ੍ਹਾਂ ਜਿਹੜੀਆਂ ਉਸ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹਦੇ ਅੰਡਰ ਕੰਮ ਕਰਦੀਆਂ ਹੈਗੀਆਂ। ਜਿਵੇਂ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਥੱਲੇ ਕੰਮ ਕਰਦੀ ਹੈ, ਔਰ ਨੰਬਰ 2 ਦੇ ਉੱਤੇ ਸਾਰੀ ਪੁਲਿਸ ਹੈ ਜਿਹੜੀ ਹੋਮ ਮਿਨਿਸਟਰ ਦੇ ਥੱਲੇ ਕੰਮ ਕਰਦੀ ਆ, ਉਹ ਉਹਨਾਂ ਦੇ ਥੱਲੇ ਕੰਮ ਕਰਦੀ ਆ। ਹੁਣ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਡਾਇਰੈਕਟਲੀ ਜਿਹੜਾ ਹੈਗਾ CM ਸਾਹਿਬ ਦਾ ਪਾਰਟ ਬਣਦਾ ਹੈਗਾ, ਔਰ ਜਦੋਂ CM ਸਾਹਿਬ ਨੂੰ ਅਸਿਸਟ ਕੌਣ ਕਰਦੇ ਹੈਗੇ ਆ, DGP ਪੰਜਾਬ, ADGP ਪੰਜਾਬ, ਜਦੋਂ ਸਾਰੇ ਦੇ ਸਾਰੇ ਹੀ ਇੱਕੋ ਰਸੇ ਦੇ ਨਾਲ ਬੰਨੇ ਹੋਏ ਹੋਣ ਥੱਲੇ ਤੋਂ ਲੈ ਕੇ ਉੱਪਰ ਤੱਕ। ਦੇਖੋ ਆਹ ਮੇਰੇ ਕੋਲ ਅਖਬਾਰ ਦੀ ਉਹ ਪਈ ਆ, ਤੁਸੀਂ ਪਹਿਲਾਂ ਵੈਸੇ ਇਹਦੀ ਵੀਡੀਓ ਵੀ ਚਲਾ ਹਟੇ ਹੈਗੇ ਆ। ਇਹਦੇ ਵਿੱਚ ਕੀ ਹੈਗਾ, DGP ਸਾਹਿਬ ਟੋਕ ਟੋਕ ਕੇ ਕਹਿ ਰਹੇ ਆ ਇਹ ਇੰਟਰਵਿਊ ਇੱਥੇ ਸਾਡੇ ਪੰਜਾਬ ਦੇ ਵਿੱਚ ਹੋਈ ਓ ਨਹੀਂ, ਔਰ ਹੋਈ ਕਿੱਥੇ ਆ, ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਹੋਈ ਆ। ਖਰੜ ਜਿਹੜਾ ਹੈਗਾ ਨਾ ਜੀ, ਸਭ ਤੋਂ ਵੱਡਾ ਇੰਟਰੋਗੇਸ਼ਨ ਸੈਂਟਰ ਹੈਗਾ ਜਿਹੜਾ ਇਹਨਾਂ ਦਾ ਇਸ ਏਰੀਏ ਦੇ ਵਿੱਚ, ਔਰ ਚੰਡੀਗੜ੍ਹ ਦੇ ਜਿੰਨਾ ਬੰਦਾ ਹੈਗਾ ਉਹਨੂੰ ਸਾਰੇ ਨੂੰ CIA 'ਚ ਖਰੜ ਦੇ ਵਿੱਚ ਰੱਖਿਆ ਜਾਂਦਾ। ਹੁਣ ਮੈਂ ਇਹ ਪੁੱਛਦਾ ਹੈਗਾ ਜੀ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਦੋਂ ਨਾ ਆਪਾਂ ਪਹਿਲਾਂ ਇੱਥੇ ਡਿਬੇਟਾਂ ਦੇ ਵਿੱਚ ਬੈਠਦੇ ਹੁੰਦੇ ਸੀ ਤਾਂ ਇਹ ਕਹਿੰਦੇ ਹੁੰਦੇ ਸੀ ਅਸੀਂ ਜੈਮਰ ਲਾ ਦਾਂਗੇ, ਅਸੀਂ ਅੰਦਰ ਪੱਤਾ ਨਹੀਂ ਹਿੱਲਣ ਦਿੰਦੇ, ਇਹ ਨਹੀਂ ਕਰ ਦਿੰਦੇ। ਅੱਜ ਰੋਜ਼ ਜਿਹੜੀਆਂ ਹੈਗੀਆਂ ਇਸ ਚੀਜ਼ ਦੀਆਂ ਖਬਰਾਂ ਆ ਰਹੀਆਂ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮਰਡਰ ਹੋ ਰਹੇ ਆ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੇਕ ਕੱਟੇ ਜਾ ਰਹੇ ਆ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਹਥਿਆਰ ਪਹੁੰਚ ਰਹੇ ਆ, ਔਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਟੈਲੀਫੋਨ ਪਹੁੰਚ ਰਹੇ ਆ। ਚਲੋ ਇਹ ਵੀ ਛੱਡ ਦਿਓ, ਜੇਲ੍ਹ ਦੇ ਵਿੱਚ ਕਿਸੇ ਨੇ ਇਹਨਾਂ ਨੇ ਪਿੱਛੇ ਕਿਹਾ ਕਿ ਕੰਧਾਪੁਰਦੀ ਲੰਘਦੇ ਆ ਜੀ, ਕੰਧਾਪੁਰਦੀ ਜਾਂਦੇ ਆ, ਔਰ ਉਹ ਤੋਂ ਬਾਅਦ ਕੀ ਹੋਇਆ ਮੈਂ ਪੁੱਛਦਾ ਕਿ CIA ਸਟਾਫ ਦੇ ਵਿੱਚ ਜਿਸ ਟਾਈਮ ਬੰਦੇ ਨੂੰ ਲਿਜਾਂਦਾ ਜਾਂਦਾ ਇੰਟੈਰੋਗੇਸ਼ਨ ਵਾਸਤੇ ਰਿਮਾਂਡ ਲੈ ਕੇ, ਉਸ ਨੂੰ ਪਹਿਲਾਂ ਜਿਹੜਾ ਹੈਗਾ ਉਹਦੀ ਹੋਸਪਿਟਲ ਦੇ ਵਿੱਚ ਉਹਦੀ ਹੁੰਦਾ ਮੈਡੀਕਲ ਹੁੰਦਾ, ਉਸ ਤੋਂ ਬਾਅਦ ਉਹਦੀ ਬਕਾਇਦਾ ਪੂਰੀ ਤਲਾਸ਼ੀ ਹੋ ਕੇ, ਈਵਨ ਤਲਾਸ਼ੀ ਇੱਥੇ ਤੱਕ ਹੈ ਕਿ ਕੱਪੜੇ ਖੋਲ੍ਹ ਕੇ ਉਹਦੀ ਤਲਾਸ਼ੀ ਕੀਤੀ ਜਾਂਦੀ ਹੈ। ਫਿਰ ਜੇ ਹੁਣ ਫਿਰ ਇਹਦਾ ਮਤਲਬ ਉਹਨੂੰ ਜਿਹੜਾ ਹੈਗਾ ਸੀ ਇਹ ਜਿਹੜਾ ਕੁਛ ਦਿੱਤਾ ਗਿਆ ਇਹ ਪ੍ਰੋਵਾਈਡ ਕਰਾਇਆ ਗਿਆ, ਇਹ ਪ੍ਰੋਵਾਈਡ ਕਰਾਇਆ ਗਿਆ, ਔਰ ਇਹ ਪ੍ਰੋਵਾਈਡ ਕਰਾਉਣ ਪਿੱਛੇ ਦੇਖੋ ਇੱਕ ਸਾਰੇ ਵਕੀਲ ਬੈਠੇ ਆ, ਇੱਕ ਵਕੇਰੀਅਸ ਲਾਇਬਿਲਟੀ ਬਣਦੀ ਹੈਗੀ ਆ। ਲਾਇਬਿਲਟੀ ਦੇ ਵਿੱਚ ਜਿਹੜਾ ਗੁਨਾਹ ਕਰਨ ਵਾਲਾ ਮੇਰਾ ਰੱਖਿਆ ਵਾ ਨੌਕਰ ਗੁਨਾਹ ਕਰਦਾ ਹੈਗਾ ਡਰਾਈਵਰ ਮੇਰਾ, ਉਸ ਡਰਾਈਵਰ ਦੀ ਜ਼ਿੰਮੇਵਾਰੀ ਮੇਰੀ ਵੀ ਬਣਦੀ ਹੈਗੀ ਆ ਕਿਤੇ ਨਾ ਕਿਤੇ। ਹੁਣ ਅੱਜ DGP ਸਾਹਿਬ ਹੁਣ ਤੱਕ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ, ਮੈਂ ਤੁਹਾਨੂੰ ਇੰਨੀਆਂ ਉਹ ਦਿਖਾਉਂਦਾ, ADGP ਨੂੰ ਸੰਮਣ ਕਰੇ ਉਹ ਕਹਿੰਦਾ ਜੀ ਡਿਲੇ ਪਾ ਰਹੇ ਆ, ਮੈਂ ਕੁਛ ਨਹੀਂ ਕਹਿ ਸਕਦਾ ਸਰ ਇੱਥੇ ਇੰਟਰਵਿਊ ਨਹੀਂ ਹੋਈ। ਆਹ ਦੇਖੋ ਆਹ IG ਸਾਹਿਬ ਕਹਿ ਰਹੇ ਆ ਕਿ ਸਾਡੀ ਪੰਜਾਬ ਦੇ ਵਿੱਚ ਰਿਕਾਰਡਿੰਗ ਨਹੀਂ ਹੋਈ। ਸੋ ਆਹ ਜਿਹੜੇ ਆਫੀਸਰਸ ਹੈਗੇ ਇਹਨਾਂ ਦੀਆਂ ਵੀ ਫੋਟੋਆਂ ਹੈਗੀਆਂ ਜਿਹੜੇ ਇਹਨੂੰ ਜੇਲ੍ਹ ਦੇ ਵਿੱਚ ਲਿਜਾਂਦੇ ਰਹੇ ਹੈਗੇ ਆ, ਜਾਂ ਇਹਨੂੰ ਜਿਹੜਾ ਹੈਗਾ CIA ਸਟਾਫ ਦੇ ਵਿੱਚ ਲਿਜਾਂਦੇ ਰਹੇ ਆ। ਫਿਰ ਹੁਣ ਅਸੀਂ ਜਸਟਿਸ ਸਿਸਟਮ ਅੱਜ ਜਿਹੜਾ ਹੈਗਾ ਐਗਜ਼ੀਕਿਊਟਿਵ ਸਿਸਟਮ ਅਸੀਂ ਇਹਨੂੰ ਕੀ ਮੰਨੀਏ? ਹੁਣ ਤਾਂ ਇੱਕੋ ਇੱਕ ਜਿਹੜਾ ਹੈਗਾ ਕਿ ਵਕੀਲ ਸਾਹਿਬ ਦੀ ਬਹੁਤ ਹਿੰਮਤ ਹੈਗੀ ਹੈ ਕਿ ਓਨਰੇਬਲ ਹਾਈ ਕੋਰਟ ਦੇ ਵਿੱਚ ਗਏ, ਜੇ ਓਨਰੇਬਲ ਹਾਈ ਕੋਰਟ ਡਾਇਰੈਕਸ਼ਨ ਕਰ ਦਿੰਦੀ ਆ ਤਾਂ ਐਗਜ਼ੀਕਿਊਟਿੰਗ ਏਜੰਸੀਜ਼ ਵੇਅਰ ਪੁਲਿਸ ਹੈਗੀ ਆ, ਜਿਵੇਂ ਖੜਿਆਲ ਸਾਹਿਬ ਨੇ ਕਿਹਾ ਹੈਗਾ, ਤੁਹਾਨੂੰ ਕੀ ਆਸ ਹੈਗੀ ਹੈ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਊ ਜਾਂ ਨਹੀਂ ਹੋਊ? ਠੀਕ ਹੈ, ਮੈਂ ਇੱਕ ਛੋਟਾ ਜਿਹਾ ਇੰਸਟਾਂਸ ਦੱਸਣਾ ਜੀ, ਮੈਂ ਅਗਲੇ ਸੈਗਮੈਂਟ 'ਚ ਦੱਸ ਲਿਓ, ਅਗਲੇ 'ਚ ਦੱਸ ਲਿਓ, ਚੇਤਨ ਜੀ ਕੋਲ ਜਾਣਾ ਇੱਕ ਮਿੰਟ, ਗੌਰਵ ਭਈਆ 'ਚ ਕੁਛ ਐਡ ਕਰ ਰਹੇ ਨੇ, ਫਿਰ ਆਪ ਚੇਤਨ ਜੀ ਮੈਂ ਤੁਹਾਡੇ ਕੋਲ ਆਉਣਾ। ਹਾਂਜੀ ਐਡਵੋਕੇਟ ਸਾਹਿਬ,
ਸਰ ਇਹ ਖਡਿਆਲ ਸਾਹਿਬ ਨੇ ਨਾ ਬੜਾ ਇੱਕ ਸੀਰੀਅਸ ਪੁਆਇੰਟ ਰੇਜ਼ ਕੀਤਾ ਸੀ ਰਿਗਾਰਡਿੰਗ ਕਵਰ ਅਪ ਕਿ ਪੁਲਿਸ ਨੂੰ ਜਦੋਂ ਜਿਹੜੀ ਗੱਲ ਮੈਂ ਕੀਤੀ ਸੀ ਉਸ ਦੇ ਵਿੱਚ ਉਹਨਾਂ ਨੇ ਐਡ ਕੀਤਾ ਸੀ ਕਿ ਡੀ ਜੀ ਪੀ ਸਾਹਿਬ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਭਗਵੰਤ ਮਾਨ ਜੀ ਦੀ ਉਹਨਾਂ ਨੇ ਇਨਕੋਂਪੀਟੈਂਸ ਦੇ ਬਾਰੇ ਕੁਐਸਚਨ ਚੁੱਕਿਆ ਮੈਂ ਉਹਦੇ 'ਚ ਇੱਕ ਚੀਜ਼ ਐਡ ਕਰਨਾ ਚਾਹੁੰਦਾ ਤੁਹਾਨੂੰ ਯਾਦ ਹੋਏਗਾ ਮੀਡੀਆ ਦੇ ਜਿੰਨੇ ਵੀ ਕਰਮਚਾਰੀ ਨੇ ਜਿੰਨੇ ਵੀ ਮੀਡੀਆ 'ਚ ਕੰਮ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਅੱਜ ਤੋਂ ਅਰਾਊਂਡ 20 ਡੇਜ਼ ਬੈਕ ਜਦੋਂ ਇਸ ਕੋਰਟ ਇਸ ਕੇਸ ਦੀ ਕੋਰਟ ਹੀਅਰਿੰਗ ਹੋਈ ਸੀ ਉਸ ਟਾਈਮ ਤੇ ਪ੍ਰਮੋਦ ਕੁਮਾਰ ਜੀ ਨੇ ਲਾਈਵ ਵੀਡੀਓ ਕਾਨਫਰੰਸ ਦੇ ਜ਼ਰੀਏ ਕੋਰਟ ਦੇ ਵਿੱਚ ਉਹ ਅਟੈਚ ਹੋਏ ਔਰ ਉਹਨਾਂ ਨੇ ਇਹ ਚੀਜ਼ ਕੋਰਟ ਨੂੰ ਦੱਸੀ ਕਿ ਅਸੀਂ ਇਹ ਪਤਾ ਲਗਾਉਣ 'ਚ ਕਾਮਯਾਬ ਹੋ ਗਏ ਹਾਂ ਕਿ ਜਿਹੜੀ ਪਹਿਲੀ ਇੰਟਰਵਿਊ ਹੈ ਉਹ ਵਿਦ ਇਨ ਦੀ ਬਾਉਂਡਰੀਜ਼ ਆਫ ਪੰਜਾਬ ਹੋਈ ਹੈ ਉਸ ਤੋਂ ਬਾਅਦ ਮੇਰੀ ਕਾਫੀ ਮੀਡੀਆ ਚੈਨਲਸ ਦੇ ਨਾਲ ਇੰਟਰਵਿਊਜ਼ ਹੋਈਆਂ ਬਹੁਤ ਸਾਰਿਆਂ ਨਾਲ ਬਾਈਟਸ ਹੋਈਆਂ ਬਹੁਤ ਸਾਰਾ ਮੀਡੀਆ ਆਇਆ ਅਸੀਂ ਉਹਨਾਂ ਦੇ ਨਾਲ ਇੰਟਰੈਕਸ਼ਨ ਹੋਈਆਂ ਲੇਕਿਨ ਸਿਸਟੇਮੈਟਿਕਲੀ ਉਹ ਸਾਰੀਆਂ ਜਿਹੜੀਆਂ ਇੰਟਰਵਿਊਜ਼ ਕੀਤੀਆਂ ਉਹਨਾਂ ਨੂੰ ਡਿਲੀਟ ਕਰਵਾਉਣ ਦਾ ਜਿਹੜਾ ਸੀਗਾ ਪ੍ਰੈਸ਼ਰ ਤੰਤਰ ਕੰਮ 'ਚ ਆ ਗਿਆ ਔਰ ਤੀਰੇ ਤੀਰੇ ਕਰਕੇ ਉਹ ਇੰਟਰਵਿਊਜ਼ ਜਿਹੜੀਆਂ ਸੀਗੀਆਂ ਉਹ ਡਿਲੀਟ ਕਰਾਤੀਆਂ ਗਈਆਂ ਇਹ ਕਹਿ ਕੇ ਕਿ ਜੀ ਕੋਰਟ ਦੇ ਆਰਡਰ ਦੇ ਵਿੱਚ ਇਹ ਚੀਜ਼ ਨਹੀਂ ਆਈ ਕਿ ਜੀ ਪੰਜਾਬ ਦੀਆਂ ਹੱਦਾਂ ਦੇ ਅੰਦਰ ਹੋਇਆ ਇਸ ਤਰੀਕੇ ਦੇ ਨਾਲ ਇੰਨਾ ਮੈਸਿਵਲੀ ਇਹਨੂੰ ਕਵਰ ਅਪ ਕੀਤਾ ਜਾ ਰਿਹਾ ਸੀਗਾ ਹੁਣ ਕੁਐਸਚਨ ਇਹ ਰਹਿ ਜਾਂਦਾ ਕਿ ਵਾਈ ਤੁਸੀਂ ਇਹਨੂੰ ਕਵਰ ਅਪ ਕਿਉਂ ਕਰ ਰਹੇ ਹੋ ਕਿਉਂ ਪ੍ਰੋਟੈਕਟ ਕਰ ਰਹੇ ਹੋ ਤੁਸੀਂ ਸੱਚਾਈ ਛੁਪਾ ਲਓਗੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਲਾਸਟ ਜੋ ਡਿਬੇਟ ਹੋਈ ਸੀ ਮੈਂ ਸੱਚ ਜਿਹੜਾ ਸੀਗਾ ਉਹ ਦੁਬਾਰਾ ਪੁੱਛਿਆ ਸੀਗਾ ਕਿ ਸਰ ਫਸਣ ਦਾ ਖੰਭ ਤਾਂ ਨਹੀਂ ਹੈ ਕਿ ਤੁਸੀਂ ਬੋਲ ਰਹੇ ਹੋ ਅਸੀਂ ਚਲਾ ਰਹੇ ਹਾਂ ਜੋ ਚੀਜ਼ ਕੋਰਟ ਦੇ ਵਿੱਚ ਹੋਈ ਹੈ ਮੈਂ ਸਿਰਫ ਉਹੀ ਤੱਥ ਤੁਹਾਡੇ ਸਾਹਮਣੇ ਰੱਖ ਰਿਹਾ ਮੇਰਾ ਕੰਮ ਇਹ ਨਹੀਂ ਸੀਗਾ ਬਿਲਕੁਲ ਵੀ ਜਾਂ ਮੇਰੀ ਇੰਟੈਂਟ ਇਹ ਬਿਲਕੁਲ ਵੀ ਨਹੀਂ ਸੀ ਕਿ ਪੰਜਾਬ ਸਰਕਾਰ ਜ਼ਿੰਮੇਵਾਰ ਠਹਿਰਾਈ ਜਾਵੇ ਜਾਂ ਰਾਜਸਥਾਨ ਸਰਕਾਰ ਜ਼ਿੰਮੇਵਾਰ ਠਹਿਰਾਈ ਜਾਵੇ ਏ ਆਫਿਸਰ ਬੀ ਆਫਿਸਰ ਸੀ ਆਫਿਸਰ ਕੋਈ ਵੀ ਜ਼ਿੰਮੇਵਾਰ ਠਹਿਰਾਇਆ ਜਾਵੇ ਅਸੀਂ ਸਿਰਫ ਸੱਚ ਚਾਹੁੰਦੇ ਸੀਗੇ ਕਿ ਟਰੁੱਥ ਲਿਆਓ ਪਬਲਿਕ ਦੇ ਸਾਹਮਣੇ ਜੋ ਬਲਕੌਰ ਸਿੰਘ ਜੀ ਜਿਹੜੀਆਂ ਗੱਲਾਂ ਕਹਿ ਰਹੇ ਨੇ ਕਿ ਮੇਰੇ ਮੁੰਡੇ ਦੇ ਮਰਡਰਰਸ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਵਧੀਆ ਟ੍ਰੀਟਮੈਂਟ ਕੀਤਾ ਜਾ ਰਿਹਾ ਔਰ ਮੈਨੂੰ ਇਨਸਾਫ਼ ਮਿਲਣ ਦੀ ਉਮੀਦ ਬਹੁਤ ਘੱਟ ਹੈ ਉਹ ਚੀਜ਼ ਅੱਧੇ ਲੋਕ ਮੰਨਦੇ ਸੀ ਅੱਧੇ ਲੋਕ ਨਹੀਂ ਮੰਨਦੇ ਸੀ ਕਿਉਂਕਿ ਉਹਨਾਂ ਦਾ ਬੇਟਾ ਸੀ ਇਸ ਕਰਕੇ ਉਹਨਾਂ ਦਾ ਸ਼ੋਰ ਮਚਾਉਣਾ ਸੁਭਾਵਿਕ ਸੀਗਾ ਲੇਕਿਨ ਜਿਹੜੇ ਇਹ ਇੰਸੀਡੈਂਟਸ ਨੇ ਇਹ ਸਾਫ਼ ਇਸ਼ਾਰਾ ਕਰਦੇ ਨੇ ਕਿ ਇੱਕ ਬਹੁਤ ਵੱਡੀ ਕੌਨਸਪੀਰੇਸੀ ਦੇ ਤਹਿਤ ਉਸ ਲੜਕੇ ਨੂੰ ਮਰਵਾਇਆ ਗਿਆ ਔਰ ਉਸ ਤੋਂ ਬਾਅਦ ਕੀਤਾ ਜਾਂਦਾ ਜਿਹੜੀਆਂ ਬਲਕੌਰ ਸਿੰਘ ਲਗਾਤਾਰ ਗੱਲਾਂ ਕਰਦੇ ਰਹੇ ਕਿ ਦੇਖੋ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਅੱਜ ਉਹ ਸੱਚ ਸਾਹਮਣੇ ਆ ਗਿਆ ਚੇਤਨ ਜੋਸ਼ੀ ਜੀ ਮਤਲਬ ਇੱਕ ਮੁਲਜ਼ਮ ਬਿਲਕੁਲ ਅੱਜ ਪੰਜਾਬ ਦੇ ਹਰ ਲੋਕੀ ਵੀ ਉਹਨਾਂ ਦੀ ਗੱਲ ਸੁਣਦਾ ਸੀਗਾ ਨਾ ਤੇ ਮੈਂ ਸੋਚਦਾ ਸੀ ਕਿ ਕੁਝ ਡਾਕੂਮੈਂਟਰੀ ਹੋਏਗਾ ਕੋਈ ਚੀਜ਼ ਹੋਏਗੀ ਇਹਨਾਂ ਦੇ ਕੋਲ ਐਸੀ ਜਿਹਦੇ ਨਾਲ ਇਹ ਉਸ ਦੇ ਉੱਤੇ ਭਰੋਸਾ ਕਰ ਰਹੇ ਨੇ ਲੋਕਾਂ ਦੇ ਵਿੱਚ ਇਹ ਗੱਲ ਬੜੀ ਚਰਚਾ ਦਾ ਵਿਸ਼ਾ ਸੀ ਕਿ ਸਿੱਧੂ ਮੂਸੇਵਾਲੇ ਨੂੰ ਲੇਕਿਨ ਜਦੋਂ ਇਸ ਤਰ੍ਹਾਂ ਦੇ ਇਨਸੀਡੈਂਟ ਸਾਹਮਣੇ ਆਉਂਦੇ ਸਰ ਸੀਆਈਏ ਸਟਾਫ ਖਰੜ ਪੀਜੀ ਬੜੀ ਜ਼ਰੂਰੀ ਗੱਲ ਹੈ ਸੀਆਈਏ ਸਟਾਫ ਖਰੜ ਪੰਜਾਬ ਦਾ ਵਨ ਆਫ ਦੀ ਮੋਸਟ ਪ੍ਰੋਟੈਕਟਿਡ ਏਰੀਆ ਹੈ ਉੱਥੇ ਕਿਸੇ ਆਮ ਆਦਮੀ ਦੀ ਐਂਟਰੀ ਅਲਾਊਡ ਨਹੀਂ ਹੈ ਜੇ ਇਹ ਇੰਟਰਵਿਊ ਉਸ ਜਗ੍ਹਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਪ੍ਰਮੋਦ ਕੁਮਾਰ ਜੀ ਨੇ ਕਹੀ ਹੈ ਤਾਂ ਇਟ ਇਜ਼ ਇੱਕ ਕ੍ਰੀਏਸ਼ਨ ਇਹ ਕਰਵਾਈ ਗਈ ਹੈ ਇੰਟਰਵਿਊ ਬੜੇ ਸਪੈਸੀਫਿਕ ਤਰੀਕੇ ਦੇ ਨਾਲ ਪਲਾਨ ਕਰਕੇ ਉੱਥੇ ਸਾਰਾ ਕੁਝ ਮੈਨੇਜ ਕੀਤਾ ਨਹੀਂ ਤਾਂ ਅਦਰਵਾਈਜ਼ ਇਹ ਕੋਈ ਆਮ ਜੇਲ੍ਹ ਨਹੀਂ ਹੈ ਇਹ ਕੋਈ ਬਠਿੰਡਾ ਦੀ ਜੇਲ੍ਹ ਨਹੀਂ ਹੈ ਕਿ ਕਿਸੇ ਨੇ ਦੀਵਾਰ ਦੇ ਉੱਤੋਂ ਦੀ ਮੋਬਾਈਲ ਫੋਨ ਸਿੱਟਤਾ ਤੇ ਉਹਨੇ ਇੰਟਰਵਿਊ ਕਰ ਲਈ ਨੋ ਇਹ ਇੰਟਰਵਿਊ ਪ੍ਰੋਪਰਲੀ ਸਟੇਜ ਮੈਨੇਜਡ ਹੈ ਉਹਦੇ ਅੰਦਰੋਂ ਦੀ ਕਿਸੇ ਆਫਿਸਰ ਦੀ
ਜ਼ਿੰਮੇਵਾਰੀ ਹੈ ਜਿਹਨੇ ਇਸ ਇੰਟਰਵਿਊ ਨੂੰ ਉੱਥੇ ਕੰਡਕਟ ਕਰਾਇਆ ਔਰ ਇੱਕ ਪਲੈਨਿੰਗ ਦੇ ਤਹਿਤ ਕੰਡਕਟ ਕਰਾਇਆ, ਇਹਦੀ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਹੈ। ਸੈਕਿੰਡ ਚੀਜ਼ ਮੈਂ ਛੋਟੀ ਜਿਹੀ ਇੱਕ ਜ਼ਰੂਰ ਐਡ ਕਰਾਂਗਾ, ਕਡਿਆਲ ਸਾਹਿਬ ਨੇ ਕੁਐਸਚਨ ਰੇਜ਼ ਕੀਤਾ ਸੀ ਕਿ ਟਾਈਮ ਬਾਉਂਡ ਕਿੰਨੀ ਦੇਰ 'ਚ ਕਰਨਗੇ, ਕਦੋਂ ਤੱਕ ਡੀ ਜੀ ਪੀ ਸਾਹਿਬ ਇਹਨੂੰ ਕੰਪਲੀਟ ਕਰਨਗੇ। ਹਾਈ ਕੋਰਟ ਦੇ ਵਿੱਚ 5/9 ਦੀ ਨੈਕਸਟ ਡੇਟ ਫਿਕਸ ਕੀਤੀ ਗਈ ਹੈ। ਇਸ ਇਸ਼ੂ ਨੂੰ ਕੋਰਟ ਨੇ ਓਪਨ ਰੱਖਿਆ, ਸਾਰੀ ਰਿਪੋਰਟ ਕੋਰਟ ਦੇ ਅੱਗੇ ਆਏਗੀ, ਆਫਿਸਰ ਦੇ ਨਾਮ ਆਣਗੇ ਤੇ ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਬਾਰੇ ਡੀ ਜੀ ਪੀ ਸਾਹਿਬ ਦਾ ਐਫੀਡੇਵਿਟ ਕੋਰਟ ਦੇ ਵਿੱਚ ਆਏਗਾ। ਅਸੀਂ ਉਦੋਂ ਤੱਕ ਇਹਨਾਂ ਦੀ ਜਾਨ ਨਹੀਂ ਛੱਡਾਂਗੇ ਜਦੋਂ ਤੱਕ ਸਾਨੂੰ ਇਹ ਸੱਚ ਸਾਹਮਣੇ ਨਹੀਂ ਆ ਜਾਂਦਾ ਕਿ ਕਿਹੜੇ ਬੰਦੇ ਰਿਸਪੋਂਸੀਬਲ ਨੇ ਜਿਹੜਾ ਨੇ ਇਹ ਸਾਰਾ ਕੰਮ ਕਰਾਇਆ, ਸਾਨੂੰ ਚਾਹੇ ਉਹਦੇ ਵਾਸਤੇ ਕੁਝ ਵੀ ਸੈਕਰੀਫਾਈਸ ਕਰਨਾ ਪਵੇ। ਜੀ ਜੋਸ਼ ਸਾਹਿਬ, ਜੀ ਸਰ ਜੋਸ਼ ਸਾਹਿਬ, ਸਵਾਲ ਦੇਖੋ ਕਿੰਨਾ ਵੱਡਾ ਖੜਾ ਹੋ ਜਾਂਦਾ। ਸਵਾਲ ਇਹ ਖੜਾ ਹੋ ਜਾਂਦਾ ਕਿ ਤੁਸੀਂ ਅੰਨਾ ਭਰੋਸਾ ਕਰਦੇ ਹੋ ਸਿਸਟਮ ਤੇ, ਅੰਨਾ ਭਰੋਸਾ, ਕਿਉਂਕਿ ਵਾਰ ਵਾਰ ਜਿਵੇਂ ਬਲਕੌਰ ਸਿੰਘ ਕਹਿੰਦੇ ਸੀਗੇ ਇੱਕ ਪਿਤਾ ਸੀਗਾ, ਪਿਤਾ ਦਾ ਦਰਦ ਸੀ, ਲੋਕੀ ਮੰਨਦੇ ਸੀਗੇ ਕਿ ਠੀਕ ਹੈ ਯਾਰ ਇੱਕ ਪਿਤਾ ਹੈ ਉਹਦਾ ਪੁੱਤਰ ਗਿਆ ਉਹ ਤਾਂ ਇਲਜ਼ਾਮ ਲਾਏਗਾ ਹੀ ਲਾਏਗਾ, ਪਰ ਕੀ ਅੱਜ ਉਹਨਾਂ ਇਲਜ਼ਾਮਾਂ ਨੂੰ ਇਹ ਪ੍ਰੋੜਤਾ ਨਹੀਂ ਮਿਲਦੀ ਜਿਹੜੇ ਉਹ ਇਲਜ਼ਾਮ ਲਾ ਰਹੇ ਸੀਗੇ ਕਿ ਅੱਜ ਉਹ ਸਾਫ਼ ਤੇ ਸਪਸ਼ਟ ਹੋ ਗਿਆ, ਐਸ ਆਈ ਟੀ ਨੇ ਖੁਦ ਮੰਨ ਲਿਆ ਕਿ ਹਾਂ ਫੇਵਰਿਜ਼ਮ ਕੀਤਾ ਜਾ ਰਿਹਾ, ਇਹ ਇੰਟਰਵਿਊ ਕਰਵਾਈ ਗਈ ਹੈ। 47 ਗੋਲੀਆਂ ਵੱਜੀਆਂ ਹੋਣ ਨਾ ਜਿਸ ਮੁੰਡੇ ਦੇ, ਔਰ ਖਾਸ ਤੌਰ ਤੇ ਜਿਹਨੇ MLA ਦੀ ਇਲੈਕਸ਼ਨ ਲੜੀ ਹੋਈ ਕਾਂਗਰਸ ਵੱਲੋਂ, ਔਰ ਵਨ ਆਫ ਦਾ ਯੂ ਕੈਨ ਸੇ ਕਿ ਇੱਕ ਸੁਪਰ ਸਟਾਰ ਆਫ ਦਾ ਪੰਜਾਬੀ ਕਮਿਊਨਿਟੀ ਰਿਪ੍ਰਜੈਂਟਿਡ ਇਨ ਦਾ ਵਰਲਡ ਮਿਊਜ਼ਿਕ ਇੰਡਸਟਰੀ ਸੀਗਾ ਆਰਟਿਸਟ, ਠੀਕ ਹੈ ਜੀ, ਔਰ ਮੁੱਖ ਮੰਤਰੀ ਹੋਵੇ ਕਲਾਕਾਰ। ਦੇਖੋ ਤੁਸੀਂ ਤੁਸੀਂ ਚੀਜ਼ਾਂ ਦੇਖੋ ਪਹਿਲਾਂ, ਔਰ ਇੱਦਾਂ ਦਾ ਭਾਣਾ ਵਾਪਰ ਜੇ, ਅੱਜ ਅਸੀਂ ਥੱਕ ਗਏ ਹਾਂ ਇਹਨਾਂ ਪੁਲਿਸ ਵਾਲਿਆਂ ਨੂੰ ਅਤੇ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਕ੍ਰਿਟੀਸਾਈਜ਼ ਕਰਦਿਆਂ ਹੋਇਆਂ, ਕਿਉਂਕਿ ਅਸੀਂ ਸਮਝਦੇ ਸੀਗੇ ਕਿ ਕ੍ਰਿਟੀਸਿਜ਼ਮ ਇਜ਼ ਦਾ ਸੋਰਸ ਆਫ ਪ੍ਰੋਗਰੈਸ, ਆਲੋਚਨਾ ਤੋਂ ਨਾਲ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਭਾਈ ਮੈਂ ਕਿੱਥੇ ਕਿੱਥੇ ਗਲਤੀਆਂ ਕਰਾਂ, ਉਹਨੂੰ ਸੁਧਾਰਾਂ। ਜਿਹੜੀ ਆਲੋਚਨਾ ਦਾ ਸੁਧਾਰ ਕਰਦਾ ਉਹ ਸਰਕਾਰਾਂ ਕਦੀ ਜਾਂਦੀਆਂ ਨਹੀਂ ਹੁੰਦੀਆਂ, ਆਪਣੀ ਗਲਤੀ ਵੱਲ ਧਿਆਨ ਦੇਣਾ, ਠੀਕ ਹੈ ਜੀ। ਜਿਹੜੇ ਜਿਹੜਾ ਇੱਕ ਵਰਲਡ ਸਟਾਰ ਹੋਵੇ ਜਿਹਦੇ ਨਾਂ ਦੇ ਉੱਤੇ ਛੋਟਾ ਛੋਟਾ ਪੰਜਾਬ ਦਾ, ਮੇਰਾ ਨਿਆਣਾ ਹੋਸਟਲ ਪੜ੍ਹਦਾ ਸੀ ਛੋਟਾ ਜਿਹਾ ਸਕੂਲ 'ਚ ਕਿਸੇ, ਅਤੇ ਉਹ ਸਿੱਧੂ ਮੂਸੇਵਾਲੇ ਦੇ ਗਾਣੇ ਵੀ ਸੁਣਦੇ ਸੀ ਉੱਥੇ ਬੱਚੇ, ਛੋਟੇ ਬੰਦੇ ਪਹੁੰਚਦਾ ਸੀ, ਔਰ MLA ਦੀ ਇਲੈਕਸ਼ਨ ਲੜਿਆ ਹੋਵੇ, ਕਾਂਗਰਸ ਪਾਰਟੀ ਵੱਲੋਂ ਲੜਿਆ ਹੋਵੇ। ਮੈਂ ਇੱਥੇ ਪੰਜਾਬ ਸਰਕਾਰ ਨੂੰ ਸਵਾਲ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਜਿਹੜੀ ਜੀ 29 ਨਵੰਬਰ ਨੂੰ ਅਖਬਾਰ ਦੇ ਵਿੱਚ ਆਈ ਸੀਗੀ, ਜਿਹ 'ਚ ਕਿਹਾ ਸੀ ਕਿ ਬੈਂਚ ਨੇ ਕੀ ਕਿਹਾ ਸੀਗਾ, ਮੈਂ ਤੁਹਾਨੂੰ ਲਾਈਨ ਹੂ ਬਹੂ ਬੋਲ ਕੇ ਦੱਸਣ ਲੱਗਾ। ਵੀ ਆਰ ਨੋਟ ਸੈਟਿਸਫਾਈਡ ਵਿਦ ਦ ਪ੍ਰੋਗਰੈਸ ਇਨ ਦ ਇਨਕੁਆਇਰੀ ਐਂਡ ਦ ਐਕਸਪਲੇਨੇਸ਼ਨ ਬੀਂਗ ਆਫਰਡ ਫਾਰ ਦ ਡਿਲੇ ਇਨ ਇਟਸ ਕੰਕਲੂਜਨ, ਵੀ ਦੇਅਰਫੋਰ ਡਾਇਰੈਕਟ ਦ ਅਡੀਸ਼ਨਲ ਡਾਇਰੈਕਟਰ ਜਨਰਲ ਪ੍ਰਿਜ਼ਨਸ ਪੰਜਾਬ ਟੂ ਬੀ ਪ੍ਰਜੈਂਟ ਇਨ ਦ ਕੋਰਟ ਔਨ ਦ ਨੈਕਸਟ ਡੇਟ ਆਫ ਹੇਅਰਿੰਗ ਟੂ ਐਕਸਪਲੇਨ ਵਾਈ ਦ ਰਿਪੋਰਟਸ ਹੈਜ਼ ਨੋਟ ਬੀਨ ਸਬਮਿਟਿਡ ਟੂ ਡੇਟ। ਸਰ ਸਿੰਪਲ ਜੀ ਗੱਲ ਆ, ਇੱਥੇ ਕਿਹਨੂੰ ਦੋਸ਼ ਦਈਏ, ਹੋਮ ਮਿਨਿਸਟਰ ਸਾਹਿਬ ਨੂੰ ਜਿਹੜੇ ਪੰਜਾਬ ਦੇ ਆਨਰੇਬਲ CM ਸਾਹਿਬ ਵੀ ਨੇ, ਔਰ ਸਭ ਤੋਂ ਵੱਡੀ ਗੱਲ ਵਿਸ਼ਵਾਸ ਦਾ ਚਿਹਰਾ DGP ਪੰਜਾਬ ਪੁਲਿਸ, ਮਤਲਬ ਜਦੋਂ ਪੁਲਿਸ ਦਾ ਨਾਮ ਆਉਂਦਾ ਲੋਕ ਡਰ ਜਾਂਦੇ ਸੀਗੇ, ਲੇਕਿਨ ਜਦੋਂ ਇੱਦਾਂ ਦੇ ਵੱਡੇ IPS ਅਫਸਰ ਦਾ ਗੱਲ ਆਉਂਦੀ ਆ ਤੇ ਲੋਕਾਂ ਦਾ ਇੱਕ ਵਿਸ਼ਵਾਸ ਹੁੰਦਾ ਇਹਨਾਂ ਦੇ ਨਾਲ, ਬਿਲਕੁਲ ਬਲਾਈਂਡ ਫੇਥ ਹੁੰਦਾ ਲੋਕਾਂ ਦਾ। ਤੁਸੀਂ ਮੈਨੂੰ ਇੱਕ ਗੱਲ ਦੱਸੋਗੇ, ਆਨਰੇਬਲ DGP ਸਾਹਿਬ ਦਾ ਜਿਹੜਾ ਬਿਆਨ ਤੁਸੀਂ TV ਤੇ ਚਲਾਇਆ ਵਾ ਤੇ SIT ਦੀ ਆਨਰੇਬਲ ਪ੍ਰਬੋਧ ਕੁਮਾਰ ਜੀ IPS ਹੋਣਾ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਤੁਸੀਂ ਅੱਜ ਲੋਕਾਂ ਦੇ ਉੱਤੇ ਛੱਡ ਦਿਓ ਸੋਚਣ ਵਾਸਤੇ ਵੀ ਅੱਜ ਇਹਦਾ ਮਤਲਬ ਕੀ ਹੈ। ਇਸ ਚੀਜ਼ ਨੂੰ ਬੜੀ ਗਹਿਰਾਈ ਨਾਲ ਅਧਿਐਨ ਕਰਨਾ ਪੈਣਾ ਵਾ ਕਿ ਇੱਕ ਬੰਨੇ ਸਿਰ ਦੇ ਉੱਤੇ ਕੰਮ ਚੱਲਦਾ ਪਿਆ ਸੀ, ਦੂਜੇ ਬੰਨੇ ਆਨਰੇਬਲ CM ਸਾਹਿਬ ਵਾਹਵਾਹੀ ਖੱਟਣ ਵਾਸਤੇ ਹਰਿਆਣਾ ਪਹੁੰਚ ਗਏ ਸੀਗੇ।
ਕਿੱਥੇ ਕਿੱਥੇ ਕਿੰਨਾ ਕੁ ਦੋਸ਼ ਦੇ ਦਈਏ ਸਰ, ਕਿੰਨਾ ਕੁ ਜ਼ਿਆਦਾ ਇੱਕ CIA ਸਟਾਫ ਖਰੜ ਜਿਹਨੂੰ ਕਹਿੰਦੇ ਨੇ ਕਿ ਜਿੱਥੇ ਆ ਕੇ ਚੰਗੇ ਭਲੇ ਬੰਦੇ ਨੂੰ ਬਕਾਇਆ ਜਾਂਦਾ ਵਾ, ਜੇ ਉੱਥੇ ਆ ਕੇ ਸਿੱਟ ਦੀ ਰਿਪੋਰਟ ਨੇ ਇੰਨੀ ਗੱਲ ਕਹਿ ਦਿੱਤੀ ਆ, ਅੱਜ ਪੰਜਾਬ ਦਾ ਲਾਅ ਐਂਡ ਆਰਡਰ 'ਤੇ ਗੱਲ ਛੱਡੋ, ਪੰਜਾਬ ਦਾ ਇੱਕ ਆਮ ਬੰਦਾ ਕਿੱਧਰ ਜਾਏਗਾ ਯਾਰ? ਇਹਦਾ ਮਤਲਬ ਤੁਸੀਂ ਲੋਕ ਕੋਰਟ ਤੋਂ ਜਾਏ ਬਿਨਾਂ ਤੁਸੀਂ ਲੋਕ ਨਿਆਂ ਦੇ ਹੀ ਨਹੀਂ ਸਕਦੇ। ਮਤਲਬ ਪੰਜਾਬ ਪੁਲਿਸ ਦੇ ਵਿੱਚ ਇੰਨਾ ਜ਼ਿਆਦਾ ਸਿਸਟਮ ਹੋ ਚੁੱਕਿਆ ਵਾ ਕਿ ਪੰਜਾਬ ਪੁਲਿਸ ਨਿਆਂ ਦੇ ਹੀ ਨਹੀਂ ਸਕਦੀ। ਇਹਦਾ ਮਤਲਬ ਝੂਠੀਆਂ ਨੇ FIR-ਾਂ ਜਿਹੜੀਆਂ ਤੁਸੀਂ ਔਨ ਦਾ ਟਾਈਮ 200 ਰੁਪਈਆ ਕਰਕੇ ਟ੍ਰਾਂਸਫਰ ਕਰਕੇ ਅਤੇ ਔਨ ਦਾ ਸਪੋਟ FIR ਦੇ ਦਿਉ ਅਤੇ 24 ਘੰਟੇ 'ਚ ਕਾਰਵਾਈ ਹੋਊਗੀ, ਇਹਦਾ ਮਤਲਬ ਚੀਜ਼ਾਂ ਸਾਰੀਆਂ ਝੂਠੀਆਂ ਨੇ। ਇੱਕ ਇੱਕ ਮੈਂ ਕਲਾਕਾਰ ਨੂੰ ਇੱਕ ਸਾਈਡ 'ਤੇ ਛੱਡੋ, ਉਹ ਭਾਈ ਉਹਨੇ ਇੱਕ ਇੱਕ ਪਾਰਟੀ ਵੱਲੋਂ ਇਲੈਕਸ਼ਨ ਲੜੀ ਆ। ਅੱਜ ਮੈਂ ਕਾਂਗਰਸ ਪਾਰਟੀ ਦੀ ਆਲੋਚਨਾ ਨਹੀਂ ਕਰਨਾ ਚਾਹੁੰਦਾ, ਪਰ ਅੱਜ ਕਾਂਗਰਸ ਪਾਰਟੀ ਵੀ ਉੱਥੇ ਆ ਕੇ ਖੜ ਗਈ ਆ। ਕਾਂਗਰਸ ਪਾਰਟੀ ਨੂੰ ਸਵਾਲ ਕੀਤਾ ਜਾਵੇ ਕਿ ਜਿਸ ਉਹਨਾਂ ਦੇ ਸਾਬਕਾ ਜਿਹੜਾ ਜਿਹਨੂੰ ਟਿਕਟ ਦਿੱਤੀ ਸੀਗੀ ਉਹਦੇ ਕਤਲ ਦੇ ਵਿੱਚ, ਉਹ ਸਰਕਾਰ ਦੀਆਂ ਅਣਗਹਿਲੀਆਂ ਦੇ ਕਰਕੇ ਕੀ ਅੱਜ INDIA ਦੇ ਵਿੱਚ ਤੁਸੀਂ ਉਹਨਾਂ ਨੂੰ ਰੱਖੋਗੇ? ਆਪਣੇ ਆਪ ਹੀ ਉਹਨਾਂ ਨੂੰ ਤੋਰੋਗੇ ਉੱਥੋਂ? ਕੀ ਤੁਹਾਨੂੰ ਅੱਜ ਇਸ ਚੀਜ਼ ਦੇ ਉੱਤੇ ਮਹਿਸੂਸ ਨਹੀਂ ਹੋ ਰਿਹਾ, ਜਾਂ ਤੁਸੀਂ ਸਿਰਫ 2024 ਦੀ ਇਲੈਕਸ਼ਨਾਂ 'ਤੇ ਗੱਲ ਕਾ ਕੇ ਰੱਖੀ ਵੀ ਚਲੋ ਇਕੱਠੇ ਹੋ ਗਏ ਇੱਕ ਦੂਜੇ ਨੂੰ ਵੋਟਾਂ ਪਾ ਕੇ ਅਸੀਂ ਲੋਕ ਵੋਟਾਂ ਲੈ ਜਾਈਏ, ਉਸ ਤੋਂ ਬਾਅਦ ਦੇਖਾਂਗੇ ਕੀ ਆਉਂਦੀ ਰਿਪੋਰਟ? ਇਹ ਕੁਐਸਚਨ ਬਹੁਤ ਵੱਡਾ ਰਾਜਨੀਤਿਕ ਤੌਰ ਤੇ, ਠੀਕ, ਕਿਉਂਕਿ ਉਹਨੇ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੀਗੀ। ਖੜਿਆਲ ਸਾਹਿਬ ਨੂੰ ਪੁੱਛ ਲੈਣੇ ਆ, ਮੈਂ ਬਿਲਕੁਲ ਔਰ ਮੇਰਾ ਮੈਂ ਇਹਦੇ 'ਚ ਹਰਪ੍ਰੀਤ ਜੀ ਇੱਕ ਛੋਟੀ ਲਾਈਨ ਮੈਂ ਕਵਾਂਗਾ, ਇਹਦੇ 'ਤੇ ਮੈਂ ਕੋਈ ਤੰਜ ਨਹੀਂ ਕਸ ਰਿਹਾ, ਮੈਂ ਸਮਝ ਗਿਆ, ਮੈਂ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਕਿ ਐਥਿਕਸ ਖਤਮ ਹੋ ਗਏ ਨੇ ਅੱਜ। ਅੱਜ ਐਥਿਕਸ ਦਾ ਅੱਜ ਆਨਰੇਬਲ ਰਾਹੁਲ ਗਾਂਧੀ ਜੀ ਨੂੰ ਵੀ ਸੋਚਣਾ ਪੈਣਾ, ਠੀਕ ਹੈ, ਕਿ ਉਹ ਆਪਣੇ ਆਪ ਹੀ INDIA ਦੇ ਵਿੱਚੋਂ ਝਾੜੂ ਕੱਢਣਗੇ ਬਾਹਰ। BJP ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕੀਤਾ ਜਾਣਾ ਜਾਂ CM ਸਾਹਿਬ ਵੱਲੋਂ ਬਿਆਨ ਆਣਾ, ਇਹ ਗੱਲ ਉੱਥੇ ਹੀ ਠੰਡੇ ਬਸਤੇ ਦੇ ਵਿੱਚ ਪੈ ਸਕਦੀ ਸੀ ਜੇ ਪਟੀਸ਼ਨ ਨਾ ਪੈਂਦੀ, ਫਿਰ ਐਂ ਲੱਗਣਾ ਸੀ ਕਿ ਨਹੀਂ ਪਈ ਇਹ ਗੱਲ, ਇੰਟਰਵਿਊ ਤਾਂ ਕਿਧਰੇ ਹੋਰ ਹੋਈ ਹੈ, ਜੇ ਪਟੀਸ਼ਨ ਪਈ ਹੈ SIT ਬਣੀ ਹੈ ਕੋਖ ਹੋਈ ਹੈ ਤਾਂ ਸੱਚ ਸਾਹਮਣੇ ਆਇਆ। ਐਡਵੋਕੇਟ ਸਾਹਿਬ ਮੈਂ ਇੱਕ ਮਿੰਟ ਆਇਆ ਤੁਹਾਡੇ ਕੋਲ, ਮੈਂ ਜਰਾ ਖੜਿਆਲ ਸਾਹਿਬ ਤੋਂ ਜਵਾਬ ਲੈ ਲਾਂ, ਜੋ ਸਾਹਿਬ ਦੇ ਸਵਾਲ ਦਾ ਵੀ ਖੜਿਆਲ ਸਾਹਿਬ ਤੁਸੀਂ ਜਵਾਬ ਜ਼ਰੂਰ ਦਿਓ। ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ, ਹੁਣ ਸਵਾਲ ਇਹ ਵੀ ਖੜਾ ਹੁੰਦਾ ਕਿ ਦੂਜੀ ਇੰਟਰਵਿਊ 'ਤੇ ਸਵਾਲ ਕੀਤਾ ਜਾ ਰਿਹਾ ਕਿ ਦੂਜੀ ਇੰਟਰਵਿਊ ਜਿਹੜੀ ਉਹ ਰਾਜਸਥਾਨ ਦੇ ਵਿੱਚ ਹੋਈ ਹੈ, ਇਹ ਵੀ ਇਲਜ਼ਾਮ ਲਾਏ ਜਾ ਰਹੇ ਨੇ ਕਿ ਕਾਂਗਰਸ ਸਰਕਾਰ ਵੇਲੇ ਦੀ ਉਹ ਇੰਟਰਵਿਊ ਹੈਗੀ ਹੈ ਜਿਹੜੀ ਰਾਜਸਥਾਨ ਦੇ ਵਿੱਚ ਹੋਈ ਹੈ, ਸਵਾਲਾਂ ਦੇ ਘੇਰ ਦੇ ਵਿੱਚ ਕਾਂਗਰਸ ਪਾਰਟੀ ਵੀ ਆਏਗੀ ਜਦੋਂ ਅੱਗੇ SIT ਦੀ ਜਾਂਚ ਹੋਏਗੀ, ਉੱਥੇ ਤੁਹਾਡਾ ਕੀ ਜਵਾਬ ਹੋਏਗਾ ਫਿਰ? ਨੰਬਰ 1, ਦੇਖੋ ਅਰਪੀਤ ਜੀ, ਆਮ ਆਦਮੀ ਪਾਰਟੀ ਦੇ ਜਿਹੜੀ ਡੈਫੀਨੇਸ਼ਨ ਹੈ ਨਾ ਇਨਸਾਫ ਦੀ, ਉਹ ਇਹ ਹੈ ਕਿ ਗਰੀਬ ਅਤੇ ਨਿਰਦੋਸ਼ ਉਹ ਪਿਸਦਾ, ਅਤੇ ਜਿਹੜਾ ਅਸਲ ਮੁਲਜ਼ਮ ਹੈ, ਅਸਲ ਕਲਪਰੇਟ ਹੈ, ਹੀ ਗੈਟਸ ਅਵੇ। ਇੱਕ ਨਾ ਲਾਅ ਦੇ ਵਿੱਚ ਚੀਜ਼ ਕਹੀ ਜਾਂਦੀ ਹੈ ਕਿ 100 ਗਿਲਟੀ ਪੀਪਲ ਕੈਨ ਬੀ ਲੇਟ ਆਫ ਦੀ ਹੁੱਕ, ਬਟ ਨੋਟ ਅ ਸਿੰਗਲ ਇਨੋਸੈਂਟ ਸ਼ੁੱਡ ਬੀ ਪੁੱਟ ਔਨ ਦੀ ਹੁੱਕ। ਅਤੇ ਆਮ ਆਦਮੀ ਪਾਰਟੀ ਸਰਕਾਰ 'ਚ ਪੋਲੀਟੀਕਲ ਵੈਂਡੇਟਾ ਤਹਿਤ ਕਿੰਨੇ ਲੋਕਾਂ ਦੇ ਪਰਚੇ ਹੋਏ, ਕਿੰਨੇ ਲੋਕ ਜੇਲ੍ਹ 'ਚ ਭੇਜੇ ਗਏ, ਕੋਈ ਇਹਨਾਂ ਦੇ ਮੰਤਰੀ ਨੂੰ MLA ਨੂੰ ਸਵਾਲ ਕਰ ਲਏ, ਕੋਈ ਆਪਣਾ ਕਿਸਾਨ ਅੱਗੇ ਆ ਕੇ ਧਰਨਾ ਪ੍ਰਦਰਸ਼ਨ ਕਰ ਲਏ, ਉੱਥੇ ਤਾਂ ਇਹਨਾਂ ਨੇ ਪੂਰੀ ਕਾਰਵਾਈ ਕਰਨੀ ਹੈ। ਲੇਕਿਨ ਜਦੋਂ ਸਿੱਧੂ ਮੂਸੇਵਾਲੇ ਸਾਡੇ ਭਰਾ ਦਾ ਕਤਲ ਹੋਇਆ, ਉਹਦਾ ਪਰਿਵਾਰ ਵਾਰ ਵਾਰ ਗੁਹਾਰ ਲਾਉਂਦਾ ਰਿਹਾ ਵੀ ਇਨਸਾਫ ਦਿਓ, ਆਹ ਕਰੋ ਆਹ ਕਰੋ, ਇਹਨਾਂ ਨੇ ਤਾਂ ਇਨਸਾਫ ਤਾਂ ਕੀ ਦੇਣਾ ਸੀਗਾ? ਜਿਨ੍ਹਾਂ ਨੇ ਉਹਦੀ ਸਿਕਿਉਰਿਟੀ ਡਿਟੇਲਸ ਵੀ ਪਬਲਿਸ਼ ਕੀਤੀਆਂ, ਉਹਨਾਂ ਬਾਰੇ ਉਹਨਾਂ ਲਈ ਕੀਤਾ ਕੁਛ ਨਹੀਂ, ਨੋ ਐਕਸ਼ਨ ਟੇਕਨ ਐਟ ਆਲ ਵਾਟਸੋਐਵਰ। ਉਹ ਹਾਲੇ ਵੀ ਸਰਕਾਰ ਦਾ ਹਿੱਸਾ, ਬਿਲਕੁਲ ਸਰਕਾਰ ਦਾ ਹਿੱਸਾ ਨੇ, ਮਤਲਬ ਕਿ ਤੁਸੀਂ ਕਿੱਥੇ ਤਾਂ ਉਹਨੂੰ ਆਪਦੇ ਤੱਕ ਰੱਖਣਾ ਸੀ, ਡਿਸਕ੍ਰੀਟ ਹੁੰਦੀ ਹੈ ਇਨਫੋਰਮੇਸ਼ਨ, ਤੁਸੀਂ ਉਹਨੂੰ ਪਬਲਿਸ਼ ਕੀਤਾ, ਫਿਰ ਪਬਲਿਸ਼ ਕਿਉਂ ਕੀਤਾ? ਤਾਂ ਕਿ ਬਰਾਊਨੀ ਪੁਆਇੰਟਸ ਗੇਨ ਕਰ ਸਕੋ, ਥ੍ਰੈਟ ਪਰਸੈਪਸ਼ਨ ਜਿਹਨੂੰ ਸੀਗੀ ਉਹਦੀ ਸਿਕਿਉਰਿਟੀ ਘਟਾ ਤੀ, ਫਿਰ ਜਿਹੜਾ ਉਹਦਾ ਮੁਲਜ਼ਮ ਹੈਗਾ
ਉਹਨੂੰ ਤੁਸੀਂ VVIP ਟ੍ਰੀਟਮੈਂਟ ਦੇ ਰਹੇ ਹੋ। ਹਰਪ੍ਰੀਤ ਜੀ ਇੰਨਾ ਚੰਗਾ ਇੰਟਰਨੈਟ ਤਾਂ PTC ਦਾ ਨਹੀਂ ਸਾਡਾ ਨਹੀਂ ਹੈਗਾ, ਮਤਲਬ ਇੱਥੇ ਵੀ ਇੰਟਰਪਸ਼ਨ ਹੋ ਜਾਂਦੀ ਹੈ, ਕੋਈ ਨਾ ਕੋਈ ਬੰਦਾ ਅੱਗੇ ਪਿੱਛੋਂ ਲੰਘ ਸਕਦਾ ਟੱਪ ਸਕਦਾ, ਤੇ ਉੱਥੇ ਜੇਲ੍ਹ ਦੇ ਵਿੱਚ ਅਨਇੰਟਰਪਟਡ ਲੰਬੇ ਲੰਬੇ ਇੰਟਰਵਿਊਸ ਘੰਟਿਆਂ ਘੰਟਿਆਂ ਦੇ। ਤੇ ਦੂਜੀ ਗੱਲ ਤੁਸੀਂ ਦੇਖੋ ਕਿ ਹਾਈ ਸਪੀਡ ਇੰਟਰਨੈਟ, ਮਤਲਬ ਕਿ ਮੈਨੂੰ ਲੱਗਦਾ ਜੀਓ ਵੀ ਫੇਲ ਕਰਤਾ ਸਪੈਸ਼ਲੀ ਦਿੱਤਾ ਲੱਗਦਾ ਇੰਟਰਨੈਟ ਜਿਹੜਾ ਨਾ ਵਧੀਆ ਹੋਣਾ ਚਾਹੀਦਾ, ਕਿਉਂਕਿ ਇੰਟਰਵਿਊ ਵਧੀਆ ਹੋਣਾ ਚਾਹੀਦਾ। ਤੇ ਮਤਲਬ ਇੰਨੇ ਅਨਫੋਰਚੁਨੇਟ ਸਟੇਟ ਆਫ ਅਫੇਅਰਸ ਹੈ। ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪ ਅੱਗੇ ਆ ਕੇ ਆਪਦੀ ਰਿਸਪੋਂਸੀਬਿਲਿਟੀ ਕਲੇਮ ਕਰਦੇ ਹੋਏ ਦੇ ਸ਼ੁਡ ਟੇਕ ਰਿਸਪੋਂਸੀਬਿਲਿਟੀ ਐਂਡ ਦੇ ਸ਼ੁਡ ਡਿਜ਼ਾਈਨ। ਨੰਬਰ 2 ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਮੈਂ ਇਹ ਗੱਲ ਕਹੂੰਗਾ, ਦੇਖੋ ਨਾ ਤਾਂ ਕੱਲ ਪੰਜਾਬ ਦੇ ਵਿੱਚ ਅਲਾਇੰਸ ਸੀਗਾ ਆਮ ਆਦਮੀ ਪਾਰਟੀ ਨਾਲ, ਨਾ ਹੀ ਅੱਗੇ ਕਦੇ ਹੋਊਗਾ। ਅਸੀਂ ਬੜੇ ਕਲੀਅਰ ਹਾਂ ਇਹਦੇ ਵਿੱਚ, ਤੇ ਤਾਂ ਹੀ ਕਰਕੇ ਆਮ ਆਦਮੀ ਪਾਰਟੀ ਸਰਕਾਰ ਦਾ ਜਿਹੜਾ ਨਾਰਾ ਸੀ 13-0 ਦਾ, ਸਿੱਧੂ ਮੂਸੇਵਾਲਾ ਪੰਜਾਬ ਨਾਲ ਸੰਬੰਧਿਤ ਖਾਲੀ ਨਹੀਂ ਸੀ ਨਾ, ਉਹ ਇੰਟਰਨੈਸ਼ਨਲ ਉਹਦਾ ਜਵਾਬ ਦਿੰਦਾ, ਪੰਜਾਬ ਸਰਕਾਰ ਦੀ ਗਲਤੀ ਹੈ ਜੀ। ਪੰਜਾਬ ਸਰਕਾਰ ਨੇ ਪਬਲਿਸ਼ ਕੀਤਾ, ਪੰਜਾਬ ਸਰਕਾਰ ਨੇ ਇਨਸਾਫ਼ ਨਹੀਂ ਦਿਵਾਇਆ, ਪੰਜਾਬ ਸਰਕਾਰ ਕਰਕੇ ਇੰਟਰਵਿਊ ਹੋਇਆ। ਹੁਣ ਪੰਜਾਬ ਸਰਕਾਰ ਨੂੰ ਤਾਂ ਹੀ ਆਮ ਆਦਮੀ ਪਾਰਟੀ ਨੂੰ ਜਵਾਬ ਦਿੱਤਾ ਲੋਕ ਸਭਾ ਇਲੈਕਸ਼ਨ ਦੇ ਵਿੱਚ, 3-3 ਸਮੇਟਤੇ ਸੀਗੇ ਅਤੇ ਅਸੀਂ 7+1 'ਤੇ ਜੱਥਾ ਹਾਸਲ ਕੀਤੀ ਹੈ। ਦੂਜੀ ਗੱਲ ਜਿਹੜੀ ਅਹਿਮ ਹੈ ਕਿ ਇਹਨਾਂ ਵਾਂਗੂ ਆਮ ਆਦਮੀ ਪਾਰਟੀ ਦੀ ਸਰਕਾਰ ਵਾਂਗੂ ਮੈਂ ਇਹ ਗੱਲ ਕਹੂੰਗਾ, ਇੱਕ ਤਾਂ ਇਹ ਜਿਹੜਾ ਪ੍ਰੈਸ਼ਰ ਮਾਊਂਟ ਕਰਦੇ ਆ ਨਾ ਹਰਪ੍ਰੀਤ ਜੀ, ਮੈਂ ਇਹ ਬੜੀ ਜ਼ਰੂਰੀ ਗੱਲ ਹੈ। ਇੱਕ ਸਿਰਫ ਅੱਜ ਦੇ ਦਿਨ PTC ਡਿਬੇਟ ਕਰ ਰਿਹਾ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ 'ਤੇ, ਮੈਂ ਤੁਹਾਨੂੰ ਮੁਬਾਰਕਬਾਦ ਦਊਂਗਾ ਹਰਪ੍ਰੀਤ ਜੀ PTC ਨੂੰ ਕਿ ਆਊਟ ਆਫ ਆਲ ਚੈਨਲਸ ਇਨ ਪੰਜਾਬ ਤੁਸੀਂ ਹਿੰਮਤ ਕੀਤੀ ਸਰਕਾਰ ਦੇ ਮੁੱਦੇ 'ਤੇ ਡਿਬੇਟ ਕਰਨ ਦੀ, ਜਿੱਥੇ ਆਮ ਆਦਮੀ ਪਾਰਟੀ ਸਰਕਾਰ ਐਕਸਪੋਜ਼ ਹੁੰਦੀ ਹੈ, ਸੱਚ ਮੂਹਰੇ ਆਉਂਦਾ, ਹੋਰ ਕੋਈ ਚੈਨਲ ਨਹੀਂ ਕਰ ਪਾ ਰਿਹਾ, ਉਹਦਾ ਕਾਰਨ ਹੈ। ਮੈਂ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਆਮ ਟਵਿਸਟ ਕਰਦੀ ਹੈ, ਜੋ BJP ਸੈਂਟਰ ਲੈਵਲ 'ਤੇ ਕਰਦੀ ਹੈ ਮੀਡੀਆ ਨਾਲ ਹੋਰਾਂ ਨਾਲ, ਉਹ ਆਮ ਆਦਮੀ ਪਾਰਟੀ 2 ਕਦਮ ਅੱਗੇ ਹੈ ਪੰਜਾਬ ਦੇ ਵਿੱਚ ਮੀਡੀਆ ਨਾਲ ਕਰਨ 'ਚ। ਅਤੇ ਮੈਂ ਆਮ ਆਦਮੀ ਪਾਰਟੀ ਸਰਕਾਰ ਨੂੰ ਕਹੂੰਗਾ ਵੀ ਇਹਨਾਂ ਲੁਕਾ, ਮਤਲਬ ਕਿ ਸੱਚ ਨੂੰ ਲੁਕਾਉਣੇ ਕਿਉਂ, ਤੁਸੀਂ ਕਵਰ ਕਿਉਂ ਕਰ ਰਹੇ ਹੋ, ਤਕਲੀਫ ਕਿਉਂ ਹੈ ਜੇ ਲੋਕਾਂ ਨੂੰ ਪਤਾ ਲੱਗ ਜੂ ਵੀ ਪੰਜਾਬ 'ਚ ਹੋਇਆ ਤੁਸੀਂ ਝੂਠ ਬੋਲਿਆ। ਅਤੇ ਹੁਣ ਮੈਨੂੰ ਇਹ ਆਮ ਆਦਮੀ ਪਾਰਟੀ ਸਰਕਾਰ ਦੱਸੇ ਕਿ ਕਦੋਂ ਤੱਕ ਮਾਨ ਸਾਹਿਬ ਦਾ ਬਿਆਨ ਆਊਗਾ, ਕਿ ਮਾਨ ਸਾਹਿਬ ਨੇ ਝੂਠ ਕਿਉਂ ਬੋਲਿਆ, ਉਹਦਾ ਕਾਰਨ ਨਾ RPG ਦੇ ਸ਼ੁਡ ਸਪੈਸੀਫਾਈ ਐਸ ਟੂ ਵਾਈ ਡਿਡ ਵੀ ਲਾਈ ਇਨ ਦ ਫਸਟ ਪਲੇਸ। ਦੂਜੀ ਗੱਲ ਇਹ ਹੈ ਕਿ ਤੁਸੀਂ ਐਟਲੀਸਟ ਆਪਦੇ ਲੈਵਲ 'ਤੇ ਯੂ ਕੁਡ ਹੈਵ ਟ੍ਰਾਈਡ ਟੂ ਫਾਈਂਡ ਇਟ ਆਊਟ, ਉਹ ਤੁਸੀਂ ਕੀਤਾ ਨਹੀਂ। ਅਤੇ ਲਾਸਟ ਚੀਜ਼ ਜਿਹੜੀ ਹੈਗੀ ਹੈ, ਮੈਂ ਇੰਨੀ ਗੱਲ ਹੀ ਕਹੂੰਗਾ RPG ਕਿ ਜਿਹੜਾ ਐਗਜ਼ੈਕਟਿਵ ਹੈ ਨਾ, ਜਿਵੇਂ DGP ਸਾਹਿਬ ਨੇ ਹੋਰ ਪੁਲਿਸ ਆਫਿਸਰਸ ਨੇ, ਵੀ ਸ਼ੁਡ ਅੰਡਰਸਟੈਂਡ ਵਨ ਥਿੰਗ, ਐਗਜ਼ੈਕਟਿਵ ਵਰਕਸ ਐਟ ਦੀ ਵੇਸਟ ਆਫ ਦੀ ਗਵਰਨਮੈਂਟ। ਸਰਕਾਰ ਜੋ ਕਹਿੰਦੀ ਉਹ ਐਗਜ਼ੈਕਟਿਵ ਕਰਦਾ, ਜੇ ਨਹੀਂ ਕਰਨਗੇ ਤਾਂ ਦੇ ਵਿਲ ਹੈਵ ਟੂ ਫੇਸ ਦ ਬ੍ਰੰਟ ਆਫ ਇਟ। ਸੋ ਮੈਂ ਆਮ ਆਦਮੀ ਪਾਰਟੀ ਸਰਕਾਰ ਨੂੰ ਕਹੂੰਗਾ, ਪਹਿਲਾਂ ਵੀ ਇਹਨਾਂ ਨੇ ਨਾ 10,000 ਟ੍ਰਾਂਸਫਰਸ ਕਰਕੇ ਤੇ ਪੁਲਿਸ ਦੇ ਸਿਰ ਮੜਤਾ ਸੀਗਾ ਵੀ ਨਸ਼ਾ ਤਸਕਰ ਜੀ ਇਹਨਾਂ ਨਾਲ ਨੈਕਸਸ ਦੇ ਵਿੱਚ ਨੇ, 250 ਸਾਹਿਬ ਦਾ ਟ੍ਰਾਂਸਫਰ ਨਾ ਕਰ, ਪਤਾ ਲੱਗਿਆ। ਹੁਣ ਇਹ ਚੀਜ਼ ਇਹ ਅੱਗੇ ਹੋ ਵੀ ਸਕਦੀ ਹੈ, ਇਟਸ ਅ ਬਿਗ ਪੋਸਿਬਿਲਿਟੀ। ਸੋ ਐਤਕੀ ਨਾ ਭੱਜੋ ਆਪਦੀ ਜ਼ਿੰਮੇਵਾਰੀ ਤੋਂ, ਜਵਾਬਦੇਹੀ ਫਿਕਸ ਹੋਊਗੀ ਤੁਹਾਡੀ। ਠੀਕ ਹੈ ਤਾਰਨੀ ਸਾਹਿਬ, ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਦੇਖੋ ਜਿਨ੍ਹਾਂ ਦੇ ਉੱਤੇ ਇਨਵੈਸਟੀਗੇਸ਼ਨ ਦੀ ਸਾਰੀ ਜ਼ਿੰਮੇਵਾਰੀ ਹੈ, ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ DGP ਸਾਹਿਬ ਨੇ ਕਿਹਾ ਸੀਗਾ ਕਿ ਜਲਦੀ ਤੋਂ ਜਲਦੀ ਇਨਸਾਫ ਸਿੱਧੂ ਮੂਸੇਵਾਲੇ ਦੇ ਦਵਾਵਾਂਗੇ। ਉਹਦੇ 2 ਮੁਲਜ਼ਮ ਨੇ ਜਿਹੜੇ ਉਹ ਮਾਰੇ ਵੀ ਗਏ, ਸ਼ੂਟ ਆਊਟ ਦੇ ਵਿੱਚ ਮਾਰੇ ਵੀ ਗਏ, ਕਈ ਗ੍ਰਿਫਤਾਰ ਵੀ ਹੋਏ। ਫਿਰ ਜਦੋਂ ਤੁਸੀਂ ਇਸ ਰਫਤਾਰ ਦੇ ਨਾਲ ਲੋਕਾਂ ਦੇ ਸਾਹਮਣੇ ਇਹ ਗੱਲ ਕਰਦੇ ਹੋ ਕਿ ਅਸੀਂ ਦੇਖੋ ਇੰਨੀ ਤੇਜ਼ੀ ਦੇ ਨਾਲ ਕੰਮ ਕਰ ਰਹੇ ਹਾਂ, ਅਤੇ ਜਿਹੜਾ ਮੁੱਖ ਮੁਲਜ਼ਮ ਹੈ ਇਸ ਪੂਰੇ ਮਸਲੇ ਦੇ ਵਿੱਚ ਉਹਨੂੰ ਤੁਸੀਂ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੇ ਰਹੇ ਹੋ, ਔਰ ਗੱਲ ਬਿਲਕੁਲ ਠੀਕ ਹੈ ਕਿਉਂਕਿ ਅਸੀਂ ਮੀਡੀਆ ਲਾਈਨ ਨਾਲ ਜੁੜੇ ਹੋਏ ਹਾਂ, ਜਿਸ ਐਪ ਦੀ ਐਡਵੋਕੇਟ ਸਾਹਿਬ ਨੇ ਵੀ ਗੱਲ ਕੀਤੀ ਹੈ ਨਾ, ਉਸ ਐਪ ਨੂੰ ਬਹੁਤ ਸਟਰੋਂਗ ਨੈਟਵਰਕ ਚਾਹੀਦਾ ਹੁੰਦਾ। ਜੇ ਤੁਸੀਂ ਬੇਰੋਕ ਟੋਕ ਇੰਟਰਵਿਊ ਕਰਨੀ ਹੈ ਤਾਂ ਇਹ 2-3 ਚੀਜ਼ਾਂ ਚਾਹੀਦੀਆਂ, ਡਿਵਾਈਸ ਚੰਗੀ ਚਾਹੀਦੀ ਹੈ, ਸਟਰੋਂਗ ਇੰਟਰਨੈਟ ਚਾਹੀਦਾ, ਤੇ ਲਾਈਟ ਪ੍ਰੋਪਰ ਹੋਣੀ ਚਾਹੀਦੀ ਹੈ। ਇਹ 3 ਚੀਜ਼ਾਂ ਅਵੇਲੇਬਲ ਸੀਗੀਆਂ, ਬੜਾ ਸ਼ਾਂਤ ਐਟਮੋਸਫੇਅਰ, ਹਾਂ ਮਤਲਬ ਉੱਥੇ ਬਿਲਕੁਲ ਸਾਇਲੈਂਟ। ਮਤਲਬ ਇੱਕ ਵੇ ਹੋ ਸਕਦਾ ਹੈ
ਕਿ ਤੁਸੀਂ CIA ਸਟਾਫ ਖਰੜ ਗਏ ਹੋ, ਇੱਕ ਮੁਲਜ਼ਮ ਨੂੰ ਇਸ ਤਰੀਕੇ ਦੇ ਨਾਲ ਉੱਥੇ ਬਿਠਾਇਆ ਗਿਆ ਜਿੱਥੇ ਪ੍ਰੋਪਰ ਲਾਈਟ ਵੀ ਸੀ, ਜਿੱਥੇ ਸਿਗਨਲ ਵੀ ਸੀ, ਜਿੱਥੇ ਉਸਨੂੰ ਐਪ ਵੀ ਦਿੱਤੀ ਗਈ, ਫਿਰ ਇੱਥੋਂ ਤਾਂ ਪੂਰਾ ਲੱਗਦਾ ਕਿ ਪ੍ਰਬੰਧ ਘੱਟੋ ਘੱਟ 2-4 ਘੰਟੇ ਲਾ ਕੇ ਉੱਥੇ ਸੈੱਟ ਕੀਤਾ ਗਿਆ, ਜਿਵੇਂ ਅਸੀਂ ਗੈਸਟ ਸਟੂਡੀਓ 'ਚ ਬਿਠਾਏ ਨੇ ਉਹਨੂੰ ਐਜ਼ ਅ ਬਤੌਰ ਗੈਸਟ ਬਿਠਾਇਆ ਗਿਆ। ਤਾਰੀ ਸਾਹਿਬ, ਹਰਪ੍ਰੀਤ ਜੀ, ਬੜੀ ਕਲੀਅਰ ਗੱਲ ਹੈਗੀ ਹੈ। ਮੈਂ ਜਿਹੜੀ ਮੇਰੀ ਸਟਾਰਟਿੰਗ ਸੀ ਨਾ, ਮੈਂ ਉਹ ਜੇਲ੍ਹ ਮੈਨੂਅਲ ਦੀ ਗੱਲ ਕੀਤੀ ਸੀ। ਮੈਂ ਇਹ ਦੱਸਿਆ ਸੀ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਕੀ ਮਤਲਬ ਜਿਹੜਾ ਹੈਗਾ ਇਹਦੇ ਉੱਤੇ ਪ੍ਰਭਾਵ ਹੋਇਆ ਕਰਦਾ। ਤੁਸੀਂ ਇੱਕ ਦੀ ਗੱਲ ਦੇਖੋ, ਅੱਜ ਖੜਿਆਲ ਸਾਹਿਬ ਉਸ ਗੱਲ ਨੂੰ ਟਾਲ ਗਏ, ਕਿਉਂਕਿ ਇੱਕ ਭਾਈਚਾਰਾ ਤਾਂ ਹੈਗਾ ਹੀ ਹੈ ਨਾ ਇਹਨਾਂ ਦਾ ਇੰਡੀਆ ਗੱਠਜੋੜ ਦੇ ਵਿੱਚ। ਦੇਖੋ, ਇਹਨਾਂ ਨੇ ਰਾਜਸਥਾਨ ਵਾਲੀ ਗੱਲ ਦੇ ਉੱਤੇ ਜਮ੍ਹਾਂ ਚੁੱਪੀ ਵੱਟ ਲਈ, ਇੱਕ ਲਫ਼ਜ਼ ਵੀ ਨਹੀਂ ਬੋਲੇ। ਔਰ ਦੂਜੀ ਗੱਲ, ਇਹੀ ਕੁਛ ਇਹ ਉਦੋਂ ਕਰਦੇ ਰਹੇ ਜਦੋਂ ਮੁਖਤਿਆਰ ਅੰਸਾਰੀ ਜਿਹੜਾ ਹੈਗਾ ਇੱਥੇ ਜੇਲ੍ਹ ਦੇ ਵਿੱਚ ਡੱਕਿਆ ਵਾ ਸੀ। ਉਹੀ ਕੁਛ ਉਹਦੀਆਂ ਕਿਵੇਂ ਜਿਹੜੀ ਹੈਗੀ ਐਂਬੂਲੈਂਸਾਂ ਜਾਂਦੀਆਂ ਰਹੀਆਂ, ਕਿਵੇਂ ਉਹਨੂੰ ਬਾਅਦ ਦੇ ਵਿੱਚ ਚੋਰੀ ਦੀ ਐਂਬੂਲੈਂਸ ਦਿਖਾਇਆ ਗਿਆ, ਕਿਵੇਂ ਜਿਹੜਾ ਹੈਗਾ ਉਸ ਨੂੰ VIP ਟ੍ਰੀਟਮੈਂਟ ਰੱਖਿਆ ਗਿਆ। ਔਰ ਇਹਨਾਂ ਦੇ ਜਿਹੜੇ ਭਾਈਵਾਲ ਹੈਗੇ ਇੰਡੀਆ ਗੱਠਜੋੜ ਦੇ ਵਿੱਚ, ਉਹ ਕਹਿੰਦੇ ਸੀ ਅਸੀਂ ਵਕੀਲਾਂ ਦੀ 55 ਲੱਖ ਰੁਪਈਆ ਵਸੂਲ ਕਰਨੀ ਹੈ ਫੀਸ, ਉਹ ਕਰ ਲਈ ਨੰਬਰ ਇੱਕ। ਨੰਬਰ ਦੋ ਤੇ ਜਿਹੜਾ ਇਹ ਕਹਿੰਦੇ ਸੀ ਉਹ ਜੀ ਫਲਾਣੇ ਕੇਸ ਦੇ ਵਿੱਚ ਚੰਨੀ ਸਾਹਿਬ ਨੇ ਰਿਸ਼ਵਤ 2 ਕਰੋੜ ਰੁਪਈਆ ਲੈ ਲਈ, ਉਹ ਇੱਕ ਵਿਚਾਰਾ ਕ੍ਰਿਕਟਰ ਵੀ ਉਹਦੀ ਬਲੀ ਚੜ੍ਹਾਤਾ, ਉਹ ਕਰ ਲਈ, ਉਹਦੇ 'ਤੇ ਪਰਚਾ ਦਰਜ ਹੋ ਗਿਆ। ਸੋ ਇਹ ਡਰਾਮੇ ਕਰੇ ਜਾ ਰਹੇ ਹੈਗੇ ਹੈ। ਇਹ ਜਿੰਨੀਆਂ ਸਰਕਾਰਾਂ ਹੈਗੀਆਂ, ਇਹ ਜੇਲ੍ਹ ਇੱਕ ਐਸੀ ਚੀਜ਼ ਹੈਗੀ ਹੈ ਜਿਸ ਦੇ ਵਿੱਚ ਬਣਦਾ ਜਾ ਰਿਹਾ ਜੇਲ੍ਹ ਤਾਂ, ਹਾਂਜੀ ਰੈਸਟ ਹਾਊਸ, ਬਿਲਕੁਲ ਬਿਲਕੁਲ, ਇਹ ਤਾਂ ਅਖਾੜੇ ਬਣ ਗਏ ਜੀ। ਤੁਸੀਂ ਦੇਖੋ, ਮੈਂ ਤੁਹਾਨੂੰ ਓਨੈਸਟਲੀ ਦੱਸਦਾ ਕਿ ਜੇਲ੍ਹ ਦੇ ਵਿੱਚ ਜਿਹੜੀ ਐਂਟਰੀ ਹੈਗੀ ਹੈ ਉਸ ਦੇ ਵਿੱਚ, ਉਹ ਤੁਸੀਂ ਕਦੇ ਉਹਦੇ ਵਿੱਚ ਦੇਖਿਓ, ਫਿਲਮਾਂ ਦੇ ਵਿੱਚ ਦੇਖਿਓ, ਬਕਾਇਦਾ ਉਸ ਵਿਅਕਤੀ ਨੂੰ ਨੰਗਾ ਕਰਕੇ ਉਹਦੀ ਤਲਾਸ਼ੀ ਲੈ ਕੇ ਅੰਦਰ ਵਾੜਿਆ ਜਾਂਦਾ ਹੈਗਾ। ਉਹਦੀ ਤੁਸੀਂ ਈਵਨ ਜਿਹੜੇ ਹੈਗੇ ਥੱਲੇ ਵਾਲੇ ਕੱਪੜੇ ਆ ਉਹ ਵੀ ਖੋਲ੍ਹੇ ਜਾਂਦੇ ਹੈਗੇ। ਫਿਰ ਤੁਸੀਂ ਦੱਸੋ ਕਿ ਫੋਨ ਕਿਵੇਂ ਗਿਆ, ਫਿਰ ਤੁਸੀਂ ਦੱਸੋ ਕਿ ਜੈਮਰ ਜਿਹੜੇ ਇਹਨਾਂ ਨੇ ਲਾਉਣੇ ਸੀ ਕਿ ਉਹ ਕਿੱਥੇ ਗਏ, ਫਿਰ ਅੰਦਰ ਤੋਂ ਜਿੰਨਾ ਨਸ਼ੇ ਦਾ ਵਪਾਰ ਚੱਲ ਰਿਹਾ ਹੈਗਾ ਕੀ ਉਹ ਰੁਕ ਦਿੱਤਾ ਗਿਆ। ਹੁਣ ਮੈਨੂੰ ਇੱਕੋ ਗੱਲ ਆਸ ਹੈਗੀ ਹੈ ਕਿ ਆਨਰੇਬਲ ਹਾਈ ਕੋਰਟ ਠੀਕ ਹਾਰਡ ਡਾਇਰੈਕਸ਼ਨਸ ਕਰੇ ਕਿ ਇਹਦੇ ਉੱਤੇ ਜਿਹੜਾ ਹੈਗਾ ਸਰਕਾਰ 1-to-1 ਕੁਐਸਚਨਰ ਦੇ ਵਿੱਚ ਜਿਹੜਾ ਹੈਗਾ ਐਫੀਡੈਵਿਟ ਦੀ ਸ਼ੇਪ ਦੇ ਵਿੱਚ ਜਿਹੜਾ ਹੈਗਾ ਜਵਾਬ ਦੇਵੇ। ਠੀਕ ਹੈ, ਤਾਂ ਹੀ ਕੋਈ ਮਾੜੀ ਮੋਟੀ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਉੱਤੇ ਮਾੜੀ ਮੋਟੀ ਮੈਨੂੰ ਲੱਗਦਾ ਆਸ ਰੱਖੀ ਜਾ ਸਕਦੀ ਹੈ। ਕਿਉਂਕਿ ਦੇਖੋ, ਜਦੋਂ ਵੀ ਕੋਈ ਮਸਲਾ ਹੁੰਦਾ ਤਾਂ ਅਸੀਂ ਇਹ ਕਹਿੰਦੇ ਹਾਂ ਨਾ ਕਿ ਤੁਹਾਨੂੰ ਕੋਰਟ 'ਚ ਘੜੀਸਾਂਗਾ, ਤੁਹਾਨੂੰ ਕੋਰਟ 'ਚ ਦੇਖਾਂਗੇ। ਇਸੇ ਕਰਕੇ ਕਹਿੰਦੇ ਕਿ ਸਾਡਾ ਇਤਬਾਰ ਹੈ ਹਲੇ ਵੀ ਅਦਾਲਤਾਂ ਦੇ ਉੱਤੇ। ਐਡਵੋਕੇਟ ਗੌਰਵ ਜੀ, ਗੌਰਵ ਜੀ, ਥੋੜ੍ਹਾ ਜਿਹਾ ਇਹ ਦੱਸੋਗੇ ਕਿ ਰਾਜਸਥਾਨ ਦੀ ਜੇਲ੍ਹ ਦਾ ਮਸਲੇ ਦਾ ਕੀ ਬਣਿਆ, ਕਿਉਂਕਿ ਉਹਦੇ 'ਚ ਸਿਰਫ ਇਹੀ ਗੱਲ ਸਾਹਮਣੇ ਹਲੇ ਤੱਕ ਆ ਸਕੀ ਹੈ ਕਿ ਦੂਜੀ ਇੰਟਰਵਿਊ ਜਿਹੜੀ ਉਹ ਰਾਜਸਥਾਨ ਦੀ ਕਿਸੇ ਜੇਲ੍ਹ 'ਚ ਹੋਈ ਹੈ, ਕਿਵੇਂ ਹੋਈ ਹੈ, ਕਿਹੜੀ ਜੇਲ੍ਹ 'ਚ ਹੋਈ ਹੈ, ਰਾਜਸਥਾਨ ਦੀ ਕਿਹੜੀ ਜੇਲ੍ਹ 'ਚ ਹੋਈ ਹੈ, ਕਦੋਂ ਹੋਈ ਹੈ, ਇਸ ਬਾਰੇ ਹਲੇ ਤੱਕ ਨਹੀਂ ਆਇਆ। ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ, ਕੌਨਫੀਡੈਂਸ਼ੀਅਲ ਤਾਂ ਤੁਸੀਂ ਰੱਖ ਸਕਦੇ ਹੋ, ਪਰ ਕੀ ਇਹ ਅੱਗੇ ਇੱਕ ਜਾਂਚ ਦਾ ਵਿਸ਼ਾ ਹੈ? ਹੁਣ ਅੱਗੇ ਉਹਦੇ ਵੀ ਖੁਲਾਸੇ ਹੋਣਗੇ ਜਿਵੇਂ ਪੰਜਾਬ ਦੀ ਜੇਲ੍ਹ ਦੇ ਖੁਲਾਸੇ ਹੋਏ ਨੇ? ਸਰ, ਪੂਰਾ ਖੁਲਾਸਾ ਹੋਏਗਾ, ਪੂਰੀ ਗੱਲ ਬਾਹਰ ਆਏਗੀ। ਉਹ ਇਹ ਡਿਟਰਮਾਈਨ ਕਰ ਚੁੱਕੇ ਹੈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀਗੀ ਕਿ ਇਹ ਜਿਹੜੀ ਇੰਟਰਵਿਊ, ਸੈਕਿੰਡ ਇੰਟਰਵਿਊ ਹੈ, ਉਹ ਰਾਜਸਥਾਨ ਦੇ ਵਿੱਚ ਹੋਈ ਹੈ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਡਿਫਰੈਂਟ ਡਿਫਰੈਂਟ ਸਟੇਟਸ ਦੇ ਵਿੱਚ ਲੈ ਕੇ ਜਾਇਆ ਜਾਂਦਾ ਸੀ ਜੀ, ਲੇਕਿਨ ਜਿਹੜੇ ਲੋਕ ਪੁਲਿਸ ਦੀ ਫੰਕਸ਼ਨਿੰਗ ਤੋਂ ਥੋੜ੍ਹੇ ਜਿਹੇ ਵੀ ਵਾਕਫ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਵੀ ਕਿਸੇ ਅਪਰਾਧੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਜਾਇਆ ਜਾਂਦਾ ਹੈ, ਉਹਨੂੰ ਵਾਪਸ ਲੈ ਕੇ ਆਇਆ ਜਾਂਦਾ ਹੈ, ਉਸ ਤੋਂ ਬਾਅਦ ਉਹਨੂੰ ਉਸੇ ਜੇਲ੍ਹ ਦੇ ਉੱਤੇ ਜਿੱਥੇ 'ਚ ਉਹ ਐਕਚੁਅਲ 'ਚ ਲੌਜਡ ਹੈ, ਜਿਵੇਂ ਕਿ ਇਸ ਲਾਰੈਂਸ ਬਿਸ਼ਨੋਈ ਦੇ ਕੇਸ ਦੇ ਵਿੱਚ ਉਹਨੂੰ ਬਠਿੰਡਾ ਜੇਲ੍ਹ 'ਚ ਰੱਖਿਆ ਗਿਆ ਸੀਗਾ, ਅਤੇ ਉਸ ਟਾਈਮ 'ਤੇ ਕਿਹੜਾ ਆਫਿਸਰ ਨਾਲ ਸੀ ਪੰਜਾਬ ਪੁਲਿਸ ਤੋਂ ਉਹਨੂੰ ਇੱਥੋਂ ਦੀ ਲੈ ਕੇ ਗਿਆ ਸੀ, ਕੌਣ ਉਹਦੀ ਸੁਰੱਖਿਆ ਲਈ ਜ਼ਿੰਮੇਦਾਰ ਸੀ, ਕਿਉਂਕਿ ਲਾਰੈਂਸ ਬਿਸ਼ਨੋਈ ਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਪਹਿਲਾਂ ਹਿਸਟਰੀ ਰਹੀ ਹੈ, ਉਹ ਜੇਲ੍ਹ ਤੋਂ ਫਰਾਰ ਪੁਲਿਸ ਦੀ ਕਸਟਡੀ 'ਚੋਂ ਫਰਾਰ ਹੋ ਚੁੱਕਿਆ ਹੈ, ਇੱਕ ਵਾਰ ਪਹਿਲਾਂ ਉਹ ਭੱਜ ਗਿਆ ਸੀਗਾ, ਫਿਰ ਉਹਨੂੰ ਦੁਬਾਰਾ ਅਰੈਸਟ ਕੀਤਾ ਗਿਆ ਸੀਗਾ, ਆਪਾਂ ਨੂੰ ਇਹ ਪਤਾ ਇਸ ਗੱਲ ਦਾ, ਇਸ ਕਰਕੇ ਇਸ ਬੰਦੇ ਦੀ ਪੂਰੀ ਸੁਰੱਖਿਆ ਰੱਖੀ ਜਾਂਦੀ ਸੀ ਜਦੋਂ ਇਹ ਜਾਂਦਾ ਸੀ, ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਇਸ ਟਾਈਮ ਇਸ ਇਸ਼ੂ ਨੂੰ ਕਿਸੇ ਵੀ ਤਰੀਕੇ ਦੇ ਨਾਲ ਪੋਲੀਟੀਕਲ ਐਂਗਲ ਤੋਂ ਦੇਖਿਆ ਜਾਵੇ ਕਿ ਪੰਜਾਬ ਕਾਂਗਰਸ ਜਾਂ ਪੰਜਾਬ ਦਾ ਅਕਾਲੀ ਦਲ ਜਾਂ ਦੂਸਰੀ ਪਾਰਟੀਆਂ ਜਿਹੜੀਆਂ ਨੇ ਇਹਨੂੰ ਆਪਸ ਦੇ ਵਿੱਚ ਬਿਕਰਿੰਗ ਦਾ ਮੁੱਦਾ ਬਣਾ ਲੈਣ, ਕਿਉਂਕਿ ਇਸ ਟਾਈਮ ਚੀਫ ਮਿਨਿਸਟਰ ਭਗਵੰਤ ਮਾਨ ਜੀ ਕੋਲ ਅਤੇ ਡੀ ਜੀ ਪੀ ਗੌਰਵ ਯਾਦਵ ਜੀ ਦੇ ਕੋਲ ਜਵਾਬ ਦੇਣ ਵਾਸਤੇ ਸਿਰਫ ਇੱਕੋ ਹੀ ਪੁਆਇੰਟ ਹੈ, ਉਹ ਸਿਰਫ ਅਤੇ ਸਿਰਫ ਓਪੋਜੀਸ਼ਨ ਦੇ ਉੱਤੇ ਹਮਲਾ ਕਰਦੇ ਕਿ ਤੁਹਾਡੇ ਟਾਈਮ 'ਚ ਇਹ ਹੋਇਆ ਸੀ, ਤੁਹਾਡੇ ਟਾਈਮ 'ਚ ਉਹ ਹੋਇਆ ਸੀ, ਉਹ ਇਸ ਮੁੱਦੇ ਨੂੰ ਲਾਈਟ ਕਰਨ ਵਾਸਤੇ ਜਾਂ ਉਸ ਮੁੱਦੇ ਨੂੰ ਡਾਇਲਿਊਟ ਕਰਨ ਵਾਸਤੇ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੇ ਨੇ, ਇਹ ਹੁਣ ਲੜਨ ਦਾ ਟਾਈਮ ਨਹੀਂ ਆਪਸ ਦੇ ਵਿੱਚ, ਇਸ ਟਾਈਮ ਤਾਂ ਆਪਾਂ ਨੂੰ ਇਕੱਠੇ ਹੋ ਕੇ ਜੋ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਕਮੀਆਂ ਆਪਾਂ ਨੂੰ ਨਜ਼ਰ ਆ ਰਹੀਆਂ ਨੇ, ਜਿਹੜੀਆਂ ਚੀਜ਼ਾਂ ਆਪਣੇ ਸਾਹਮਣੇ ਹੋਈਆਂ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਤਾਂ ਛੱਡੋ, ਪੂਰੇ ਹਿੰਦੁਸਤਾਨ ਦੇ ਇਤਿਹਾਸ 'ਚ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਕਿ ਕੋਈ ਇੱਕ ਸਪੈਸ਼ਲ ਸੈੱਲ ਕ੍ਰੀਏਟ ਕੀਤਾ ਗਿਆ ਜਿੱਥੇ ਉਹ ਇੱਕ ਅਪਰਾਧੀ ਦੀ ਸਪੈਸ਼ਲ ਇੰਟਰਵਿਊ ਕੰਡਕਟ ਕਰਵਾਈ ਗਈ। ਇਸ ਇਸ਼ੂ ਨੂੰ ਲੈ ਕੇ ਓਪੋਜੀਸ਼ਨ ਨੂੰ ਪੂਰਾ ਹਮਲਾਵਰ ਹੋਣਾ ਚਾਹੀਦਾ ਹੈ, ਇਸ ਇਸ਼ੂ ਨੂੰ ਬਾਹਰ ਕੱਢਣਾ ਚਾਹੀਦਾ ਹੈ, ਜੋਸ਼ ਸਾਹਿਬ ਨੂੰ ਬੜਾ ਈਜ਼ੀ ਸੀਗਾ ਪੰਜਾਬ ਪੁਲਿਸ ਵਾਸਤੇ। ਹਾਂਜੀ, ਇੱਕ ਸੈਕਿੰਡ ਚੀਜ਼ ਮੈਂ ਵਿੱਚ ਜ਼ਰੂਰ ਐਡ ਕਰਨਾ ਚਾਹਾਂਗਾ ਸਰ, ਆਪਾਂ ਸਿਰਫ ਇਹ ਨਹੀਂ ਗੱਲ ਕਹਿ ਸਕਦੇ, ਜਨਰਲਾਈਜ਼ ਨਹੀਂ ਕਰ ਸਕਦੇ ਕਿ ਪੰਜਾਬ ਪੁਲਿਸ ਜਿਹੜੀ ਹੈ ਸਾਰੀ ਦੀ ਸਾਰੀ ਇਸ ਚੀਜ਼ ਦੇ ਵਿੱਚ ਇਨਵੋਲਵ ਸੀ। ਆਪਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਤਿੰਨ ਅਫਸਰਾਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸੱਚ ਨਿਕਾਲ ਕੇ ਬਾਹਰ ਦਿੱਤਾ ਹੈ, ਉਹ ਤਿੰਨੋਂ ਪੰਜਾਬ ਪੁਲਿਸ ਦੇ ਅਫਸਰ ਨੇ, ਉਹ ਤਿੰਨੋਂ ਆਈਪੀਐਸ ਅਫਸਰ ਪੰਜਾਬ ਪੁਲਿਸ ਦੇ ਵਿੱਚ ਇਸ ਟਾਈਮ ਜੌਬ ਕਰ ਰਹੇ ਨੇ, ਔਰ ਉਹਨਾਂ ਦੇ ਕੋਲ ਅੱਛੀਆਂ ਪੋਜੀਸ਼ਨਸ ਵੀ ਰਹੀਆਂ ਨੇ, ਔਰ ਉਹਨਾਂ ਨੇ ਸੱਚ ਲਿਆ ਕੇ ਮਾਨਯੋਗ ਹਾਈ ਕੋਰਟ ਦੇਖੋ ਉਮੀਦ ਜਿਹੜੀ ਹੈਗੀ ਹੈ ਨਾ, ਇੱਕ ਮਿੰਟ ਵਕੀਲ ਸਾਹਿਬ ਇੱਕ ਮਿੰਟ ਮੈਨੂੰ ਗੱਲ ਕਰ ਲੈਣ ਦਿਓ ਜੀ, ਪਲੀਜ਼ ਜੀ ਜੀ। ਪਹਿਲੀ ਗੱਲ ਤਾਂ ਜੇ ਐਥਿਕਸ ਦੀ ਗੱਲ ਕਰੀਏ ਨਾ, ਖੜਿਆਲ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ, ਦੇਖੋ ਬੜੇ ਸੀਨੀਅਰ ਵਕੀਲ ਨੇ ਅੱਜ ਕੱਲ੍ਹ ਹਾਈ ਕੋਰਟ ਦੇ ਵੀ, ਹੁਣ ਅੱਜ ਇਹ ਚਾਹੀਦਾ ਤੇ ਐਥਿਕਸ ਤੇ ਕਿਰਦਾਰ ਦੀ ਗੱਲ ਆ। ਪਹਿਲੀ ਗੱਲ ਤੇ ਜਿਸ ਪਾਰਟੀ ਨਾਲ ਰਲ ਕੇ ਜਿਹੜੀ ਸੀਟ ਜਿੱਤੀ ਹੈ ਨਾ ਇਹਨਾਂ ਨੇ ਚੰਡੀਗੜ੍ਹ ਦੀ, ਮਨੀਸ਼ ਤਿਵਾਰੀ ਨੂੰ ਅੱਜ ਸ਼ਾਮ ਤੱਕ ਉਹਦਾ ਅਸਤੀਫਾ ਦੇ ਦੇਣਾ ਚਾਹੀਦਾ। ਮੈਂ ਨਹੀਂ ਮੰਗਦਾ, ਐਥਿਕਸ ਦੀ ਗੱਲ ਕਰ ਰਿਹਾ, ਕਿਰਦਾਰ ਦੀ ਗੱਲ ਕਰ ਰਿਹਾ, ਕਿਉਂਕਿ ਰਲ ਕੇ ਇਲੈਕਸ਼ਨ ਲੜੀ ਆ। ਦੂਜੀ ਗੱਲ, ਜਾਂ ਤੇ ਪੰਜਾਬ ਦੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਜਿੱਤ ਕੇ ਬੈਠੇ ਨੇ ਉੱਥੇ ਕਾਂਗਰਸ ਦੇ ਦਿੱਲੀ ਦੇ ਵਿੱਚ, ਕਾਂਗਰਸ ਦੇ, ਜਾਂ ਤਾਂ ਰਾਹੁਲ ਗਾਂਧੀ ਹੁਣਾਂ ਨੂੰ ਕਹਿਣ ਵੀ ਇਹਨਾਂ ਨੂੰ INDIA ਦੇ ਵਿੱਚ ਝਾੜੂ ਵਾਲਿਆਂ ਨੂੰ ਕੋਈ ਬੰਨੇ ਕਰੋ, ਜਾਂ ਇਹਨਾਂ ਨੂੰ ਧਰਨਾ ਲਾ ਕੇ ਬਹਿਣਾ ਚਾਹੀਦਾ। ਜੇ ਕਿ ਪੰਜਾਬ ਸੋ ਤਾਂ ਗੱਠਜੋੜ ਹੈ ਹੀ ਨਹੀਂ ਇਹਨਾਂ ਦਾ, ਸੁਣ ਲਓ ਨਾ, ਹਾਂ ਚੰਡੀਗੜ੍ਹ ਦੀ ਸੀਟ ਫਿਰ ਕਰ ਦੇਣ, ਚੰਡੀਗੜ੍ਹ ਸੀਟ ਤਾਂ ਹੈਗੀ ਹੈ ਨਾ ਇਹਨਾਂ ਕੋਲ। ਦੂਜੀ ਗੱਲ, ਅੱਜ ਪੰਜਾਬ ਦੇ ਜਿੰਨੇ ਵੀ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਅੱਜ ਇਹ ਖਬਰ ਕਿਸ ਤਰ੍ਹਾਂ ਦੀ ਲੱਗੇਗੀ, ਉਹਨਾਂ ਦੀ ਮਾਨਸਿਕਤਾ 'ਤੇ ਕੀ ਅਸਰ ਪਏਗਾ, ਮੈਂ ਇਸ ਬਾਰੇ ਨਹੀਂ ਜਾਣਦਾ। ਪਰ ਐਥੀਕਲੀ ਉਹਨਾਂ ਨੂੰ ਜਾਂ ਤਾਂ ਰਿਜ਼ਾਈਨ ਪਾਉਣਾ ਚਾਹੀਦਾ, ਜਾਂ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਧਰਨਾ ਲਾ ਦੇਣਾ ਚਾਹੀਦਾ ਕਿ ਰਾਹੁਲ ਗਾਂਧੀ ਜੀ
ਇਹਨਾਂ ਨੂੰ ਬਾਹਰ ਕੱਢੋ INDIA ਦੇ ਵਿੱਚੋਂ ਜਾਂ ਸਾਨੂੰ ਇੱਕ ਸਾਈਡ ਤੇ ਕਰ ਦਿਓ, ਕਿਉਂਕਿ ਮਸਲਾ ਕਾਂਗਰਸ ਪਾਰਟੀ ਦੇ ਇੱਕ ਉਸ ਲੀਡਰ ਦਾ ਜਿਹਦੀ ਮੌਤ ਜਿਹਦੇ ਕਤਲ ਦੀ ਗੱਲ ਕਾਂਗਰਸੀ ਨਹੀਂ ਚੁੱਕਦੇ ਪਏ। ਦੂਜੀ ਗੱਲ, ਇਹਨਾਂ ਨੇ ਇੰਨੀ ਗੱਲ ਕੀਤੀ ਆ ਕਿ ਇਕੱਲੇ ਪੁਲਿਸ, ਬਿਲਕੁਲ ਠੀਕ ਗੱਲ ਆ, ਮੈਂ ਮੰਨਦਾ ਇਹਦੇ ਵਿੱਚ ਵੀ ਬਦਲਾਵ ਹੋਣਾ ਚਾਹੀਦਾ। ਹਰਪ੍ਰੀਤ ਜੀ, ਤੁਹਾਨੂੰ ਨਹੀਂ ਲੱਗਦਾ ਪਿਆ ਕਿ ਕਿਤੇ ਨਾ ਕਿਤੇ ਪੰਜਾਬ ਦੀ ਡੈਮੋਕ੍ਰੇਸੀ ਬਿਊਰੋਕ੍ਰੇਸੀ ਵੱਲੋਂ ਨੱਪੀ ਜਾ ਰਹੀ ਹੈ? ਮੈਂ ਕਿਸੇ ਬਿਊਰੋਕ੍ਰੇਟ ਦੇ ਉੱਤੇ ਪਰਟੀਕੁਲਰ ਇਸ ਵਰਗ ਦੇ ਉੱਤੇ ਨਹੀਂ ਮੈਂ ਗੱਲ ਕਰਾਂਗਾ, ਲੇਕਿਨ ਕਾਰਨ ਕੀ ਆ ਕਿ ਕੋਈ ਵੀ ਅਧਿਕਾਰੀ ਇਹਨਾਂ ਦਾ ਕੰਮ ਨਹੀਂ ਕਰਨ ਦਿਆ ਇਹਨਾਂ ਦੇ ਕਹੇ ਮੁਤਾਬਕ? ਭਗਵੰਤ ਸਿੰਘ ਜੀ ਮਾਨ ਓਨਰੇਬਲ CM ਪੰਜਾਬ ਔਰ ਓਨਰੇਬਲ DGP ਸਾਹਿਬ ਨੇ ਇੱਥੋਂ ਤੱਕ ਪ੍ਰੈਸ ਕਾਨਫਰੰਸ ਕਰਤੀ ਸੀਗੀ ਕਿ ਪੰਜਾਬ ਪੁਲਿਸ ਦੇ ਕੁਛ ਜਿਹੜੇ ਮੁਲਾਜ਼ਮ ਨੇ ਜਾਂ ਨਸ਼ਾ ਵੇਚਦੇ ਨੇ ਜਾਂ ਖਾਂਦੇ ਨੇ, ਇੱਥੋਂ ਤੱਕ ਤਾਂ ਗੱਲ ਕਰਤੀ, ਮੋਰਲ ਤਾਂ ਡਾਊਨ ਸੁੱਟ ਦਿੱਤਾ। ਹੁਣ ਦੂਸਰੇ ਬੰਨੇ, ਮੈਨੂੰ ਇੱਕ ਸਿੰਪਲ ਜੀ ਗੱਲ ਆ, ਜੇ ਅਸੀਂ ਹਾਈ ਕੋਰਟ 'ਚ ਹੀ ਜਾਣਾ, ਜੇ ਅਸੀਂ ਕੋਰਟਾਂ ਦੇ ਵਿੱਚੋਂ ਹੀ ਨਿਆਂ ਲੈਣਾ, ਤਾਂ ਪੁਲਿਸ ਕੀ ਕਾਹਦੇ ਵਾਸਤੇ ਬਿਠਾਈ ਹੋਈ ਹੈ ਇੱਥੇ? ਦੂਜੀ ਗੱਲ, ਕੀ ਇਹ ਪੁਲਿਸ ਕਿਸੇ ਦੀ ਪਾਸਪੋਰਟ ਦੀ ਇਨਕੁਆਇਰੀ ਨੂੰ ਇੱਧਰ ਉੱਧਰ ਕਰਕੇ ਜੇ ਉਹਦਾ ਅਤਾ ਪਤਾ ਲਾ ਸਕਦੀ ਹੈ? ਇਹਨਾਂ ਕੋਲ ਅਜੇ ਤੱਕ ਸਿਸਟਮ ਨਹੀਂ ਪਤਾ ਲੱਗਿਆ ਗਿਆ ਵੀ ਜਿਹੜੀ ਜੇਲ੍ਹ ਦੇ ਵਿੱਚ ਜਿਹੜੇ ਆਉਂਦੇ ਨੇ ਟੈਲੀਫੋਨ ਕਿੱਥੋਂ ਆਉਂਦੇ ਨੇ, ਮੋਬਾਈਲ ਕਿੱਥੋਂ ਆਉਂਦੇ ਨੇ? ਦੇਖੋ, ਬੁਰਾ ਨਾ ਮੰਨਿਓ ਪੰਜਾਬ ਪੁਲਿਸ ਦੇ ਮੇਰੇ ਵੀਰ, ਪਤਾ ਨਹੀਂ ਕਿਤੇ ਬਾਹਰ ਨਿਕਲ ਕੇ ਤੁਸੀਂ ਮੇਰੇ 'ਤੇ ਨਾ ਪਰਚਾ ਕੱਢ ਦਿਓ ਕਿਤੇ, ਮੈਂ ਡਰਦਾ ਤੁਹਾਡੇ ਤੋਂ, ਬੁਰਾ ਨਾ ਮੰਨਿਓ ਮੇਰੀ ਗੱਲ ਦਾ, ਲੇਕਿਨ ਧਿਆਨ ਨਾਲ ਸੋਚਿਓ। ਇਹ ਮੈਂ ਤੁਹਾਨੂੰ ਕ੍ਰਿਟੀਸਾਈਜ਼ ਕਰਾਂ ਜਾਂ ਮੈਂ ਤੁਹਾਨੂੰ ਸਵਾਲ ਇਸ ਚੈਨਲ ਤੋਂ ਕਰਾਂ, ਕਿਹੜੇ ਐਸੇ ਬੰਦੇ ਨੇ ਤੁਹਾਡੇ ਸਾਰਿਆਂ ਦੇ ਵਿੱਚ ਤੇ ਤੁਸੀਂ ਜੇ ਤੁਹਾਨੂੰ ਪਤਾ ਵਾ ਤੇ ਤੁਸੀਂ ਕਿਉਂ ਨਹੀਂ ਨਾ ਲੈਂਦੇ, ਉਹ ਅੱਗੇ ਆ ਕੇ ਚੁੱਪ ਕਿਉਂ ਜੇ? ਔਰ ਇੱਥੇ ਇੱਕ ਚੀਜ਼ ਸਭ ਤੋਂ ਵੱਡੀ ਜਿਹੜੀ ਆ, ਜਿਹੜੇ ਸਾਰੇ ਇਗਨੋਰ ਕਰਦੇ ਪਏ ਨੇ, ਸਿਰਫ ਪੁਲਿਸ ਦੇ ਉੱਤੇ ਭਾਂਡਾ ਫੰਡਣ ਡੇ ਨੇ। ਕੱਲੀ ਪੁਲਿਸ ਜ਼ਿੰਮੇਵਾਰ ਨਹੀਂ ਹੈਗੀ, ਉਸ ਇਲਾਕੇ ਦਾ ਤਹਿਸੀਲਦਾਰ, SDM, ADC, ਡੈਪਟੀ ਕਮਿਸ਼ਨਰ, ਕੀ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ? ਕੀ ਪੰਜਾਬ ਦੀ ਜਿੰਨੀ ਵੀ ਪੁਲਿਸ ਹੈਗੀ ਹੈ, SSP ਸਾਹਿਬ ਕਿਹਨੂੰ ਰਿਪੋਰਟ ਕਰਦੇ ਨੇ? ਉਸ ਟਾਈਮ ਮੈਜਿਸਟਰੇਟ ਕੌਣ ਹੁੰਦਾ ਉਸ ਟਾਈਮ ਉੱਥੇ? ਤੁਸੀਂ ਇਕੱਲਾ ਪੁਲਿਸ ਨੂੰ ਟਾਰਗੇਟ ਨਾ ਕਰੋ, ਇਕੱਲੀ ਪੁਲਿਸ ਵਾਸਤੇ ਇੰਨੀ ਗੱਲ ਨਾ ਕਰੋ, ਇਹਦੇ ਵਿੱਚ ਪ੍ਰਸ਼ਾਸਨ ਦਾ ਇੱਕ ਸਿਸਟਮ। ਔਰ ਆਨਰੇਬਲ CM ਭਗਵੰਤ ਸਿੰਘ ਜੀ ਮਾਨ, ਆਹ ਹੱਥ ਜੋੜ ਕੇ ਬੇਨਤੀ ਆ, ਤੁਸੀਂ ਇੱਕ ਬੜੇ ਨੇਕ ਔਰ ਬੜੀ ਵਧੀਆ ਰੂਹ ਵਾਲੇ, ਲੋਕਾਂ ਨੂੰ ਖੁਸ਼ ਰੱਖਣ ਵਾਲੀ ਇੱਕ ਰੂਹ ਸੀਗੇ, ਕਿਤੇ ਤੁਹਾਡੇ ਉੱਤੇ ਰਾਜਨੀਤੀ ਤਾਂ ਨਹੀਂ ਹਾਵੀ ਹੋ ਗਈ? ਕਿਉਂਕਿ ਬੜਾ ਮੈਂ, ਕਿਉਂਕਿ ਭਗਵੰਤ ਸਿੰਘ ਜੀ ਮਾਨ ਇੱਕ, ਮੈਂ ਜਾਣਨਾ ਇਸ ਇਨਸਾਨ ਨੂੰ, ਇੱਕ ਬੜਾ ਸ਼ਰੀਫ ਤੇ ਨੇਕ ਇਨਸਾਨ ਸੀਗਾ, ਇਹ ਅਜੇ ਵੀ ਹੈਗਾ ਮੈਨੂੰ, ਨਹੀਂ ਇੱਦਾਂ ਹੂੰ ਹਣਾ ਕਰੋ ਧਾਨੀ ਸਾਹਿਬ, ਸੱਚਾਈ ਆ। ਮੈਨੂੰ ਨਹੀਂ ਸਮਝ ਆ ਰਹੀ ਵੀ ਆਨਰੇਬਲ CM ਸਾਹਿਬ ਨੂੰ ਕੀ ਹੋ ਗਿਆ, ਇੱਕ ਯਾਰ ਕਲਮ ਚਲਾ ਕੇ ਦਿਖਾ ਦਿਓ, ਇਸ ਮੁੱਦੇ ਤੇ ਇੱਕ ਦਿਖਾ ਦਿਓ ਕਲਮ ਚਲਾ ਕੇ CM ਸਾਹਿਬ ਵੀ ਤੁਸੀਂ ਵਾਕਈ CM ਜੇ, ਜਿਹੜੇ ਤੁਹਾਨੂੰ ਕਾਂਗਰਸ ਵਾਲੇ ਮਜ਼ਾਕ ਕਰਦੇ ਨੇ, ਤੁਹਾਨੂੰ ਕਹਿੰਦੇ ਨੇ ਵੀ ਸਟੇਜ ਨਹੀਂ ਆ ਸਟੇਟ ਆ, ਤੇ ਫਿਰ ਇੱਕ ਵਾਰੀ ਦੱਸ ਦਿਓ ਸਟੇਟ ਦਾ ਮੁੱਖ ਮੰਤਰੀ ਹੁੰਦਾ ਕੀ ਮੇਰੇ ਵੀਰ? ਚਲੋ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਜੁੜੇ ਰਹਿਣ ਦੇ ਲਈ। ਵਕੀਲ ਸਾਹਿਬ, ਤੁਹਾਡਾ ਖਾਸ ਤੌਰ ਤੇ ਧੰਨਵਾਦ, ਐਡਵੋਕੇਟ ਗੌਰਵ ਜੀ, ਕਿਉਂਕਿ ਜੋ ਪਟੀਸ਼ਨ ਦੇ ਵਿੱਚ ਤੁਸੀਂ ਲਿਖਿਆ ਜਾਂ ਪਟੀਸ਼ਨ ਤੁਸੀਂ ਪਾਈ ਆ, ਉਦਾਂ ਹੀ ਨਤੀਜਾ ਕਿ ਸੱਚ ਸਾਹਮਣੇ ਆਇਆ, ਹਾਲੇ ਇਹ ਸੱਚ ਅਧੂਰਾ, ਹਾਲੇ ਇਹਦੀਆਂ ਹੋਰ ਕਿਸ਼ਤਾਂ ਆਣੀਆਂ ਬਾਕੀ ਨੇ। ਉਹ ਕਿਹੜੇ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਹੋਇਆ, ਉਹਨਾਂ ਅਫਸਰਾਂ ਦੇ ਪਿੱਛੇ ਕੌਣ ਸੀ ਉਹ, ਅਤੇ ਰਾਜਸਥਾਨ ਦੀ ਕਿਸ ਜੇਲ੍ਹ ਦੇ ਵਿੱਚ ਇਹ ਹੋਇਆ, ਰਾਜਸਥਾਨ ਦੀ ਜੇਲ੍ਹ ਦੇ ਵਿੱਚ ਕਿਹੜੇ ਅਫਸਰ ਇਹਨਾਂ ਨੂੰ ਲੈ ਕੇ ਗਏ, ਉਹਨਾਂ ਦੀ ਕੀ ਇਨਵੋਲਵਮੈਂਟ ਸੀ, ਉਹ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ। ਉਮੀਦ ਕਰਦੇ ਹਾਂ ਕਿ ਅਗਲੀ ਜਿਹੜੀ ਹੀਅਰਿੰਗ ਹੈ ਉਦੋਂ ਤੱਕ ਕਾਫੀ ਕੁਛ ਬਾਹਰ ਹੋਰ ਵੀ ਆ ਜਾਏਗਾ। ਦੇਸ਼ ਤੋਂ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।